शोध विच सत श्री अकाल जी। ठीक हो? बिलकुल ठीक ठाक है जी, तुसीं सुणाओ जी। आपां भी ठीक है जी। थोड़े मुल्क दे विच साडे मुल्क दे विच तां सारी बात लिया, थोड़ा भी मुल्क है, ਇਹ ਸਾਰੇ ਪੰਜਾਬੀਆਂ ਦਾ ਮੁਲਕ ਹੈ, ਸਾਰੇ ਹਿੰਦੁਸਤਾਨੀਆਂ ਦਾ ਭਾਰਤੀਆਂ ਦਾ ਮੁਲਕ ਹੈ, ਪਰ ਇਹ ਦੇਖਣਾ ਹੁੰਦਾ ਹੈ ਕਿ ਸਾਡੀਆਂ ਸਰਕਾਰਾਂ ਸਾਨੂੰ ਇਸ ਮੁਲਕ ਦੇ ਵਸਿੰਦੇ ਸਮਝਦੀ ਹੈ ਕਿ ਨਹੀਂ ਸਮਝਦੀ, ਸਾਡੇ ਸਾਨੂੰ ਇੱਥੇ ਦੇ ਨਾਗਰਿਕ ਮੰਨਦੀ ਹੈ ਕਿ ਨਹੀਂ ਮੰਨਦੀ ਹੈਗੀ। ਤੇ ਅੱਜ ਦੀ ਦਿਹਾੜੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਕਿਸਾਨ ਜੋ ਭਾਰਤ ਨੂੰ ਹਮੇਸ਼ਾ ਅੰਨ ਦਿੰਦਾ ਰਿਹਾ ਹੈ ਕਿ ਭਾਰਤ ਦਾ ਢਿੱਡ ਭਰਦਾ ਰਿਹਾ, ਅੱਜ ਉਸਦੀ ਹਾਲਤ ਕਹੀ ਜੀ ਬਣੀ ਹੋਈ ਹੈ। ਇਹ ਸਾਰੀ ਦੁਨੀਆਂ ਨੂੰ ਪਤਾ ਹੈ, ਸਾਰੀ ਦੁਨੀਆਂ ਦੇ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਆਖਿਰ ਮੋਦੀ ਸਰਕਾਰ ਨੇ ਇਹ ਤਿੰਨ ਬਿੱਲ ਖੇਤੀਬਾੜੀ ਸਬੰਧੀ ਕਿਉਂ ਦੇ ਵਿੱਚ ਸੰਸਦ ਦੇ ਵਿੱਚ ਪੇਸ਼ ਕੀਤੇ ਹੈ, ਜਦਕਿ ਇਸ ਦੇ ਨਾਲ ਪੰਜਾਬ ਦੇ ਕਿਸਾਨ, ਹਰਿਆਣਾ ਦੇ ਕਿਸਾਨ, ਉੱਤਰ ਪ੍ਰਦੇਸ਼ ਦੇ ਕਿਸਾਨ, ਰਾਜਸਥਾਨ ਦੇ ਕਿਸਾਨ, ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਧੋਖਾ ਹੁੰਦਾ ਹੈ। ਤੇ ਇਸ ਗੱਲ ਕਰਕੇ ਪੂਰੀ ਦੁਨੀਆਂ ਵੀ ਉਨ੍ਹਾਂ ਦੇ ਨਾਲ ਖੜੀ ਹੈ, ਪੂਰਾ ਪੰਜਾਬ ਉਨ੍ਹਾਂ ਦੇ ਨਾਲ ਖੜਾ ਹੈ, ਤੇ ਸਾਰੀਆਂ ਸਿਆਸੀ ਪਾਰਟੀਆਂ ਉਨ੍ਹਾਂ ਦੇ ਨਾਲ ਖੜੀਆਂ ਨੇ। ਜਿਹੜੀਆਂ ਪਾਰਟੀਆਂ ਉਨ੍ਹਾਂ ਦੇ ਨਾਲ ਨਹੀਂ ਖੜਦੀਆਂ ਉਨ੍ਹਾਂ ਦਾ ਉਨ੍ਹਾਂ ਨੂੰ ਆਪਣੇ ਆਪ ਹੀ ਖਮਿਆਜ਼ਾ ਇਸ ਗੱਲ ਦਾ ਭੁਗਤਣਾ ਪਊਗਾ। ਤੇ 2022 ਦੀਆਂ ਚੋਣਾਂ ਸਾਹਮਣੇ ਆ ਰਹੀਆਂ ਨੇ, ਉਦੋਂ ਉਨ੍ਹਾਂ ਨੂੰ ਪਤਾ ਲੱਗ ਜੂਗਾ ਕਿ ਉਨ੍ਹਾਂ ਦਾ ਨਾਲ ਕੀ ਬਣੂਗਾ ਜੀ, ਪਤਾ ਲੱਗ ਜੂ ਕਿ ਕਿਹਦੇ ਨਾਲ ਕੀ ਬਣੂਗਾ। ਤੇ ਇਹ ਗੱਲ ਸਹੀ ਹੈ ਕਿ ਪਤਾ ਹੀ ਕਿਤੇ ਨਾ ਕਿਤੇ ਲਾਉਣਾ ਹੁੰਦਾ। ਤੇ ਅਕਾਲੀ ਦਲ ਜਿਹੜੇ ਤਰੀਕੇ ਦੇ ਨਾਲ ਕੰਮ ਕਰ ਰਿਹਾ, ਵਿਚਰ ਰਿਹਾ, ਹਿਲਜੁਲ ਹੋਈ ਹੈ। ਕੱਲ ਤੁਸੀਂ ਤਾਂ ਬਿਜੀ ਸੀਗੇ, ਉਦੋਂ ਮਗਰੋਂ ਬੀਬਾ ਜੀ ਅਸਤੀਫਾ ਦੇ ਗਏ, ਮਨਜ਼ੂਰ ਵੀ ਹੋ ਗਿਆ। ਇੱਕ ਵਾਰੀ ਨੀ ਕਿਹਾ ਹਨਾ ਵੀ ਭਾਈ ਤੂੰ ਰਹਿ ਪਾ, ਅਣਮੰਨੇ ਜੇ ਮਾਨਾ ਕਈ ਵਾਰੀ ਮੇਰੇ ਅੱਗੇ ਗੇਟ ਤੇ ਵੀ ਖੜਾ ਹੁੰਦਾ ਨਾ ਮੰਗਤਾ, ਉਹਨੂੰ ਵੇਖ ਲੱਗਦਾ ਉਹ ਬਹਿ ਜਾ ਭਾਈ ਤੂੰ ਭਗਤਾ ਚਾਹ ਪਾਣੀ ਪੀ ਕੇ ਜਾਈ। ਇੱਥੇ ਤਾਂ ਅਗਲਾ ਨੇ ਕਿਹਾ ਕਿ ਜਾਓ ਜੀ ਕੁਰਸੀ ਖਾਲੀ ਕਰੋ। ਦੇਖੋ ਗੱਲ ਇਹ ਹੈ ਕਿ ਅਸਲ ਦੇ ਵਿਚ ਅਕਾਲੀ ਦਲ ਦੀ ਸਥਿਤੀ ਹੀ ਇਸ ਤਰੀਕੇ ਨਾਲ ਬਣੀ ਹੋਈ ਸੀ ਕਿ ਉਹਨਾਂ ਨੂੰ ਸਰਕਾਰ ਦੇ ਵਿਚ ਰਹਿ ਕੇ ਜੇਕਰ ਆਪਾਂ ਕਹਿ ਸਕਦੇ ਹਾਂ ਫਿੱਟ ਲਾਂਟੀ ਮਿਲਣੀ ਸੀਗੀ। ਤੇ ਇਹਦਾ ਮੈਨੂੰ ਕੁਛ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਕਾਲੀ ਦਲ ਇਕ ਸਮੇਂ ਇਹ ਚਾਹੁੰਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੂੰ ਭਰੋਸੇ ਦੇ ਰਹੀ ਹੈ ਕਿ ਇਨ੍ਹਾਂ ਬਿੱਲਾਂ ਦੇ ਨਾਲ ਕਿਸਾਨਾਂ ਨੂੰ ਨੁਕਸਾਨ ਨਹੀਂ ਪਹੁੰਚੂਗਾ, ਤੇ ਉਸ ਭਰੋਸਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਪੂਰੀ ਹੀ ਉਤਰੀ ਹੈਗੀ। ਤੇ ਇਸ ਗੱਲ ਕਰਕੇ ਪੂਰੇ ਪੰਜਾਬ ਦੇ ਵਿਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਸੀਗਾ। ਤੇ ਅਕਾਲੀ ਦਲ ਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਜੇਕਰ ਉਹ ਆਪਣੇ ਸਟੈਂਡ ਤੇ ਅੜੇ ਰਹੇ ਤੇ ਭਾਜਪਾ ਦੇ ਭਰੋਸੇ ਦੇ ਉੱਤੇ ਖੜੇ ਰਹੇ ਤਾਂ ਉਹਦੇ ਨਾਲ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਬਹੁਤ ਬੁਰੀ ਤਰੀਕੇ ਦੇ ਨਾਲ ਭੁਗਤਣਾ ਪਊਗਾ। ਤਾਂ ਹੀ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਕਹਿਣੀ ਪਈ ਕਿ ਹਰੇਕ ਕਿਸਾਨ ਅਕਾਲੀ ਹੈ ਤੇ ਹਰੇਕ ਅਕਾਲੀ ਕਿਸਾਨ ਹੈ। ਪਹਿਲੀ ਗੱਲ ਠੀਕ ਹੈ, ਦੂਜੇ ਵਾਲੀ ਤਾਂ ਨਹੀਂ ਮੰਨਣ ਚਾਹੁੰਦੀ, ਦੂਜੇ ਵਾਲੀ ਮੰਨ ਲੈਂਦੇ ਹਾਂ। ਠੀਕ ਹੈ, ਇਹ ਬਿਲਕੁਲ ਹੀ ਆਏ ਹੈ ਨਾ ਕਿ ਜਿਵੇਂ ਹਰੇਕ ਸਿੱਧੂ ਹੈ ਜੀ, ਉਹ ਤਾਂ ਸਿੱਧੂ ਹੀ ਹੈ, ਪਰ ਹਰੇਕ ਵਿਰਾਟ ਹੈ ਜਿਹੜਾ ਉਹ ਜ਼ਰੂਰ ਸਿੱਧੂ ਹੈ। ਤੇ ਇਸ ਗੱਲ ਕਰਕੇ ਅਕਾਲੀ ਦਲ ਨੇ ਇਕ ਵਾਰ ਜਦੋਂ ਪੂਰੀ ਤਰੀਕੇ ਨਾਲ ਸੰਕਟ ਪੈਦਾ ਹੋ ਗਿਆ ਤੇ ਉਸਨੂੰ ਇਹ ਲੱਗਿਆ ਕਿ ਜੇਕਰ ਉਹ ਆਪਣੇ ਸਟੈਂਡ ਤੇ ਅੜੇ ਰਹੇ ਤੇ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਚੱਲਦੇ ਰਹੇ ਤਾਂ ਉਨ੍ਹਾਂ ਨੂੰ 2022 ਦੇ ਵਿਚ ਇਸ ਦਾ ਬਹੁਤ ਹੀ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ। ਤੇ ਇਹੀ ਕਾਰਨ ਹੈ ਕਿ ਜੋ ਇਨ੍ਹਾਂ ਦੀ ਕੋਰ ਕਮੇਟੀ ਹੈ ਉਸ ਵਿਚੋਂ ਵਾਰੀ ਵਾਰੀ ਕੁਛ ਲੀਡਰਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਨਹੀਂ ਚੱਲਣਾ ਚਾਹੀਦਾ ਤੇ ਆਪਣਾ ਸਟੈਂਡ ਬਦਲਣਾ ਚਾਹੀਦਾ। ਇਸੇ ਗੱਲ ਕਰਕੇ ਜਦੋਂ ਸੰਸਦ ਦਾ ਸੰਮੇਲਨ ਸ਼ੁਰੂ ਹੋਣਾ ਸੀਗਾ ਤਾਂ ਕੁਝ ਦਿਨ ਪਹਿਲਾਂ ਅਕਾਲੀ ਦਲ ਨੇ ਇਸ ਦੇ ਉੱਤੇ ਯੂ ਟਰਨ ਲਿਆ ਸੀਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੂਰੇ ਤਰੀਕੇ ਨਾਲ ਭਰੋਸਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜੋ ਉਹ ਕਹਿਣਗੇ ਉਸ ਅਨੁਸਾਰ ਚੱਲੂਗੀ ਤੇ
ਉਹਦੇ ਵਿਚ ਅਕਾਲੀ ਦਲ ਦੀ ਵੀ ਭਲਾਈ ਹੋਊਗੀ ਜੇ ਅਕਾਲੀ ਦਲ ਦਾ ਵੀ ਜਿਹੜਾ ਹੈਗਾ ਸਿਆਸੀ ਬਚਾਅ ਹੋ ਸਕਦਾ ਤੇ ਭਾਰਤੀ ਜਨਤਾ ਪਾਰਟੀ ਦਾ ਵੀ ਸਿਆਸੀ ਬਚਾਅ ਹੋਜੂਗਾ। ਤੇ ਇਹੀ ਗੱਲ ਹੈ ਕਿ ਜਦੋਂ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਜੋ ਸਭ ਤੋਂ ਸੀਨੀਅਰ ਅਕਾਲੀ ਲੀਡਰ ਨੇ ਤੇ ਉਨ੍ਹਾਂ ਨੂੰ ਫੇਸਬੁੱਕ ਦੇ ਉੱਤੇ ਇਹ ਗੱਲ ਕਹਾਈ ਸੀ ਕਿ ਇਹ ਜੋ ਬਿੱਲ ਆ ਰਹੇ ਨੇ ਇਹ ਕਿਸਾਨਾਂ ਦੇ ਖਿਲਾਫ ਨਹੀਂ ਹੈਗੇ ਤੇ ਉਹ ਪਰ ਬਾਅਦ ਵਿਚ ਸਾਰਾ ਘਟਨਾਕ੍ਰਮ ਬਦਲ ਗਿਆ, ਪੰਜਾਬ ਦੀ ਪਰਿਸਥਿਤੀਆਂ ਵੀ ਬਦਲ ਗਈਆਂ ਤੇ ਇਸ ਤੋਂ ਅਜਿਹਾ ਲੱਗਣ ਲੱਗ ਗਿਆ ਕਿ ਪੂਰੀ ਦੀ ਪੂਰੀ ਪੂਰੇ ਪੰਜਾਬ ਦੀ ਜਨਤਾ ਅਕਾਲੀ ਦਲ ਦੇ ਖਿਲਾਫ ਹੋਜੂਗੀ। ਇਸ ਗੱਲ ਕਰਕੇ ਜਿਹੜਾ ਹੈ ਜਦੋਂ ਪਹਿਲਾਂ ਤਾਂ ਜਿਹੜਾ ਹੈਗਾ ਵਿਰੋਧੀ ਧਿਰਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਵਜ਼ਾਰਤ ਤੋਂ ਤੇ ਅਕਾਲੀ ਦਲ ਸਿਰਫ ਸਿਰਫ ਉਸ ਦੀ ਵਜ਼ਾਰਤ ਕਰਕੇ ਹੀ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ਼ ਚੱਲ ਰਿਹਾ। ਹੁਣ ਜਦੋਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਇਹ ਕਹਿਣ ਲੱਗੇ ਕਿ ਇਹ ਸਾਰੀ ਡਰਾਮੇਬਾਜ਼ੀ ਹੈ ਤੇ ਹਰਪਾਲ ਸਿੰਘ ਚੀਮਾ ਇਹ ਕਹਿਣ ਲੱਗ ਪਿਆ ਕਿ ਇਹ ਸਿਆਸੀ ਮਜਬੂਰੀ ਹੈ। ਅਸਲ ਦੇ ਵਿਚ ਗੱਲ ਇਹ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਦੇ ਹੱਥ ਵਿਚ ਵੀ ਉਹ ਮੁੱਦਾ ਨਹੀਂ ਰਹਿ ਗਿਆ ਜਿਸ ਦੇ ਨਾਲ ਉਹ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਸਕਦੇ ਸੀ। ਇਸੇ ਗੱਲ ਕਰਕੇ ਜੋ ਆਮ ਆਦਮੀ ਪਾਰਟੀ ਹੈ ਉਹ ਵੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਸੀ ਤੇ ਉਨ੍ਹਾਂ ਨੇ ਤਾਂ ਬਾਦਲ ਪਿੰਡ ਵੱਲ ਆਪਣੇ ਟਰੈਕਟਰ ਵੀ ਭੇਜ ਦਿੱਤੇ ਸੀ ਤਾਂ ਜੋ ਉਥੇ ਧਰਨਾ ਦਿੱਤਾ ਜਾ ਸਕੇ ਤੇ ਇਸ ਤਰੀਕੇ ਦੇ ਨਾਲ ਹੁਣ ਕਾਂਗਰਸ ਦੇ ਹੱਥੋਂ ਵੀ ਜਿਹੜਾ ਇਹ ਮੁੱਦਾ ਨਿਕਲ ਗਿਆ ਤੇ ਆਮ ਆਦਮੀ ਪਾਰਟੀ ਦੇ ਹੱਥੋਂ ਵੀ ਮੁੱਦਾ ਨਿਕਲ ਗਿਆ ਤੇ ਹੁਣ ਅਕਾਲੀ ਦਲ ਵੀ ਇਸ ਸਮੇਂ ਕਾਫੀ ਪਸ਼ੂਪੇਸ਼ ਦੇ ਵਿਚ ਹੈ ਕਿ ਅਸਲ ਦੇ ਵਿਚ ਹੁਣ ਉਹ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਬਣ ਕੇ ਰਹਿ ਸਕਦਾ ਕਿ ਨਹੀਂ ਰਹਿ ਸਕਦਾ ਹੈਗਾ ਤੇ ਅਸਲ ਦੇ ਵਿਚ ਹੁਣ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੋਨੇ ਇਹ ਚਾਹ ਰਹੇ ਨੇ ਕਿ ਆਪਣੇ ਆਪ ਜਾਂ ਤਾਂ ਭਾਰਤੀ ਜਨਤਾ ਪਾਰਟੀ ਇਹ ਗੱਲ ਕਹੇ ਕਿ ਅਕਾਲੀ ਦਲ ਨੇ ਜੇਕਰ ਹੁਣ ਕੌਮੀ ਜਮਹੂਰੀ ਗਠਜੋੜ ਸਰਕਾਰ ਦਾ ਕਹਿਣਾ ਨਹੀਂ ਮੰਨਿਆ ਹੈਗਾ, ਇਨ੍ਹਾਂ ਤਿੰਨਾਂ ਖੇਤੀ ਬਿੱਲਾਂ ਦੇ ਉੱਤੇ ਵਿਰੋਧ ਪ੍ਰਗਟ ਕੀਤਾ ਤਾਂ ਉਸ ਨੂੰ ਇਸ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਨਹੀਂ ਰਹਿਣਾ ਚਾਹੀਦਾ। ਦੂਜੇ ਪਾਸੇ ਅਕਾਲੀ ਦਲ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਨ੍ਹਾਂ ਨੂੰ ਇਹ ਗੱਲ ਕਹਿਣ ਕਿ ਉਹ ਜਿਹੜਾ ਹੈਗਾ ਅਕਾਲੀ ਦਲ ਦਾ ਹਿੱਸਾ ਨਾ ਰਹੇ ਤੇ ਇਸ ਤਰੀਕੇ ਦੇ ਨਾਲ ਹੁਣ ਖਿੱਚੋਤਾਣ ਚੱਲ ਰਹੀ ਹੈ ਤੇ ਦੂਜੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਹੁਣ ਜੋ ਸਟੈਂਡ ਲੈ ਲਿਆ ਉਸ ਦੇ ਵਿਚ ਉਸ ਨੇ ਕੁਛ ਹੋਰ ਮੰਗਾਂ ਵੀ ਸ਼ਾਮਲ ਕਰ ਦਿੱਤੀਆਂ ਨੇ। ਉਸ ਦਾ ਕਹਿਣਾ ਦੱਸਿਆ ਇਹ ਜਾਂਦਾ ਹੈ ਕਿ ਉਸ ਵੱਲੋਂ ਹੁਣ ਇਹ ਗੱਲ ਕਹੀ ਜਾਊਗੀ ਕਿ ਕਿਸਾਨ ਪੰਜਾਬ ਤੇ ਪੰਜਾਬ ਦੇ ਹਿੱਤ ਸਿੱਖ ਭਾਈਚਾਰਾ ਜੇ ਇਨ੍ਹਾਂ ਦੇ ਹਿੱਤਾਂ ਦੀ ਜਿਹੜਾ ਹੈਗਾ ਉਲੰਘਣਾ ਹੋਊਗੀ ਜਾਂ ਉਨ੍ਹਾਂ ਦੇ ਹਿੱਤਾਂ ਨੂੰ ਮਾਰਿਆ ਜਾਊਗਾ ਉਨ੍ਹਾਂ ਦੇ ਅਧਿਕਾਰਾਂ ਦੇ ਉੱਤੇ ਦਾ ਹਨਨ ਹੋਊਗਾ ਤਾਂ ਅਕਾਲੀ ਦਲ ਕੌਮੀ ਜਮਹੂਰੀ ਗਠਜੋੜ ਦਾ ਹਿੱਸਾ ਨਹੀਂ ਰਹੂਗਾ ਤੇ ਦੂਜੇ ਪਾਸੇ ਇਸ ਸਮੇਂ ਭਾਰਤੀ ਜਨਤਾ ਪਾਰਟੀ ਬੜੀ ਕਸੂਤੀ ਸਥਿਤੀ ਵਿਚ ਫਸ ਚੁੱਕੀ ਹੈ। ਉਹਦਾ ਕਾਰਨ ਇਹ ਹੈ ਕਿ ਬੇਸ਼ੱਕ ਪੂਰੇ ਦੇਸ਼ ਦੇ ਵਿਚ ਅਲੱਗ ਮਾਹੌਲ ਹੈ, ਪੰਜਾਬ ਦੇ ਵਿਚ ਅਜਿਹਾ ਮਾਹੌਲ ਹੈ ਜਿਸ ਦੇ ਵਿਚ ਜਿੰਨੇ ਵੀ ਕਿਸਾਨ ਨੇ ਜਾਂ ਪੂਰੇ ਪੰਜਾਬ ਦੇ ਲੋਕ ਨੇ ਉਹ ਇਨ੍ਹਾਂ ਬਿੱਲਾਂ ਦੇ ਖਿਲਾਫ਼ ਨੇ, ਸਿਰਫ ਭਾਰਤੀ ਜਨਤਾ ਪਾਰਟੀ ਹੀ ਇਨ੍ਹਾਂ ਬਿੱਲਾਂ ਦੇ ਹੱਕ ਵਿਚ ਹੈ। ਉਹਦਾ ਕਾਰਨ ਇਹ ਹੈ ਕਿ ਕੇਂਦਰ ਦੇ ਵਿਚ ਜੋ ਸਰਕਾਰ ਹੈ ਉਹ ਉਸਨੇ ਹੀ ਇਹ ਬਿੱਲ ਲੈ ਕੇ ਆਉਂਦੇ ਆ, ਭਾਰਤੀ ਜਨਤਾ ਪਾਰਟੀ ਉਹਦਾ ਇਕ ਹਿੱਸਾ ਹੈ ਜਿਹੜੀ ਪੰਜਾਬ ਇਕਾਈ ਹੈ ਉਸ ਨੂੰ ਇਸ ਦਾ ਸਮਰਥਨ ਕਰਨਾ ਪਊਗਾ। ਬੇਸ਼ਕ ਉਹ ਇਸ ਗੱਲ ਦਾ ਸਟੈਂਡ ਲੈ ਰਹੇ ਨੇ ਪਰ ਪੰਜਾਬ ਦੇ ਅੰਦਰ ਉਨ੍ਹਾਂ ਨੂੰ ਇਸ ਦਾ ਬਹੁਤ ਵੱਡਾ ਘਾਟਾ ਪੈਣ ਵਾਲਾ ਹੈ ਕਿਉਂਕਿ ਹੁਣ ਉਨ੍ਹਾਂ ਦੀ ਭਾਈਵਾਲ ਪਾਰਟੀ ਵੀ ਉਸ ਤੋਂ ਅਲੱਗ ਹੋ ਚੁੱਕੀ ਹੈ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਇਸ ਸਬੰਧ ਵਿਚ ਆਉਣ ਵਾਲੇ ਸਮੇਂ ਦੇ ਵਿਚ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਹੀ ਵੱਡਾ ਨੁਕਸਾਨ ਪੰਜਾਬ ਦੇ ਵਿਚ ਹੋਊਗਾ। ਉਹ ਪਾਰਟੀ ਜਿਹੜੀ ਪੰਜਾਬ ਦੇ ਵਿਚ ਇਹ ਚਾਹ ਰਹੀ ਸੀ ਕਿ ਕਿਵੇਂ ਨਾ ਕਿਵੇਂ ਉਹ ਕੱਲਿਆਂ ਪੂਰੇ ਪੰਜਾਬ ਦੇ ਵਿਚ ਚੋਣਾਂ ਲੜੇ, ਉਹ ਉਸ ਵਿਚ ਚੋਣਾਂ ਲੜਨ ਦੇ ਲਈ ਉਸ ਵੱਲੋਂ ਸਿੱਖ ਚਿਹਰੇ ਲੱਭੇ ਜਾ ਰਹੇ ਸੀ। ਸਿੱਖ ਚਿਹਰਿਆਂ ਦੇ ਨਾਲ ਨਾਲ ਇਹ ਗੱਲ ਵੀ ਦੱਸੀ ਜਾ ਰਹੀ ਸੀ ਕਿ
किसान भाईचारे ते जट भाईचारे दे विचों नुमाइंदे लै जाण। हुण जदों भारतीय जनता पार्टी दे मत्थे दे उत्ते इह कलंक लग गया कि ओह किसान विरोधी है, तां किसान भाईचारे दे विचों जट भाईचारे दे विचों लीडर भारतीय जनता विच आउण तों हिचकिचाउणगे। ते इस गल करके उस दी इह जो पंजाब दे विच इकल्यां चोण लड़न दी मुहिम जां इकल्यां सरकार बणाउण दी मुहिम उत्ते भी बहुत वड्डा प्रश्न चिन्ह लग गया है। ते इस गल करके हुण देखना यह होगा कि यह कौमी जमहूरी गठजोड़ दे विच अकाली दल कायम रहिंदा कि नहीं रहिंदा हैगा। ते हले सियासी खिचोतान चल रही है कि अकाली दल ने अपना पूरे का पूरा जिहड़ा अल्टीमेटली जिहड़ा हैगा दबा भारतीय जनता पार्टी दे उत्ते पाया होया है। ते उस दबा का यह भी कारण है कि वह चाहती है कि यह तिने जिहड़े आर्डीनेंस किवें ना किवें रुक सन, पर वह रुकण की कोई हले कोई कारण लगता नहीं है, क्योंकि भारतीय जनता पार्टी यह गल कहती है। अज नरेंद्र मोदी होने जो प्रधानमंत्री ने उन्होंने भी यह गल कही है कि यह चोण मनोरथ पत्र का एक हिस्सा सीगा, इस गल करके बिल लैके आते ने। यह गल भी कही जा रही है कि कांग्रेस खास तौर पर कैप्टन अमरिंदर सिंह जिहड़ी एक वड्डी कमेटी सीगी उसका हिस्सा सीगे, उहदे विच इह पेश भी किए गए सीगे, उहदे विच दस्या भी गया सीगा भी यह बिल पेश करने आ। ते उस हिस्से दे विच इन्हां दी किवें ना किवें हां भी दर्शाई गई सीगी। ते इस नाल नाल इस तरह दे भी हुण दोष लग रहे ने कि जो उस समय वोटिंग हुई उहदे विच कांग्रेसी एम पी क्यों बस रहे, उहदा मतलब अबस्टेन का मतलब हुंदा है तुहाडी अधी हां अधी ना। इस तरीका आम आदमी पार्टी के जिहड़े एम पी सीगे उह भी गैर हाजिर रहे, उहदा मतलब इही है कि तुहाडी अधी हां अधी ना है। इस गल करके भारतीय जनता पार्टी अकाली दल नूं भी हुण यह मौका मिल गया कि कांग्रसिया ने जिस तरीके नाल इन्हां बिना दे पास हुण मौके गैर हाजिरी दिखाई ਉਹ ਵੀ ਕਿਸੇ ਅੱਧੀ ਅੱਧੀ ਹਾਂ ਹੈ ਤੇ ਇਸ ਗੱਲ ਕਰਕੇ ਉਹ ਵੀ ਇਸ ਗੱਲ ਦਾ ਜਿਹੜਾ ਹੈਗਾ ਆਲੋਚਨਾ ਦਾ ਕਾਰਨ ਬਣ ਰਹੇ ਨੇ ਜੀ। ਨਵਜੋਤ ਸਿੰਘ ਸਿੱਧੂ ਦਾ ਕੀ ਹੋਊਗਾ ਜੀ? ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਤਰ੍ਹਾਂ ਤਰ੍ਹਾਂ ਦੀ ਕਿਆਸ ਰਾਈਆਂ ਅੱਜ ਤੋਂ ਨਹੀਂ ਉਦੋਂ ਤੋਂ ਹੀ ਚੱਲ ਰਹੀਆਂ ਨੇ ਜਦੋਂ ਤੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਮੰਤਰੀ ਮੰਡਲ ਤੋਂ, ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਚੁੱਪ ਰਹੇ ਨੇ। ਕਦੇ ਕਦੇ ਬੋਲਦੇ ਆ ਤੇ ਜਦੋਂ ਉਨ੍ਹਾਂ ਦਾ ਬੋਲਣਾ ਵੀ ਹੁੰਦਾ ਉਹ ਵੀ ਖ਼ਬਰ ਬਣਦਾ, ਜਦੋਂ ਉਹ ਚੁੱਪ ਹੁੰਦੇ ਨੇ ਉਹ ਵੀ ਖ਼ਬਰ ਬਣਦਾ। ਹੁਣ ਸਵਾਲ ਇਹ ਪੈਦਾ ਹੋਣ ਲੱਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਕਿਉਂ ਛੱਡੀ ਸੀਗੀ ਉਸ ਸਮੇਂ ਦੇ ਜਿਹੜੇ ਕਾਰਨ। ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਛੱਡੀ ਤਾਂ ਉਸ ਸਮੇਂ ਕਾਰਨ ਬਹੁਤ ਸਾਰੇ ਵੀ ਹੋ ਸਕਦੇ ਆ, ਪਰ ਪ੍ਰਮੁੱਖ ਕਾਰਨ ਇਹ ਵੀ ਸੀਗਾ ਕਿ ਭਾਰਤੀ ਜਨਤਾ ਪਾਰਟੀ ਤੇ ਬਾਦਲ ਪਰਿਵਾਰ ਦੇ ਵਿਚ ਕਾਫ਼ੀ ਚੰਗਾ ਤਾਲਮੇਲ ਸੀਗਾ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਮੇਸ਼ਾ ਹੀ ਬਾਦਲ ਪਰਿਵਾਰ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ। ਇਸ ਮਹੱਤਤਾ ਤੋਂ ਨਵਜੋਤ ਸਿੰਘ ਸਿੱਧੂ ਕਾਫ਼ੀ ਜ਼ਿਆਦਾ ਖਫ਼ਾ ਸੀਗੇ ਤੇ ਇਸੇ ਗੱਲ ਕਰਕੇ ਉਨ੍ਹਾਂ ਨੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਉਸ ਸਮੇਂ ਛੱਡੀ ਸੀਗੀ। ਉਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੱਕ ਆਮ ਆਦਮੀ ਪਾਰਟੀ ਵਿਚ ਜਾਣ ਲਈ ਵੀ ਤਿਆਰ ਸੀਗੇ, ਉਥੇ ਨੇ ਗੱਲ ਬੜੀ ਤਾਂ ਫਿਰ ਉਹ ਕਾਂਗਰਸ ਦੇ ਵਿਚ ਆਏ ਸੀਗੇ। ਕਾਂਗਰਸ ਦੇ ਵਿਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਬਠਿੰਡੇ ਦੇ ਵਿਚ ਜਿਸ ਪ੍ਰਕਾਰ ਉਨ੍ਹਾਂ ਨੇ ਬਿਆਨਬਾਜ਼ੀ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਉਨ੍ਹਾਂ ਨੇ ਉੱਚੀ ਉੱਚੀ ਬਿਆਨ ਦਿੱਤੇ ਕਿ ਉਹ ਬਾਦਲਾਂ ਨਾਲ ਰਲੇ ਹੋਏ ਨੇ, ਇਸੇ ਗੱਲ ਕਰਕੇ ਉਨ੍ਹਾਂ ਦਾ ਮੰਤਰਾਲਾ ਬਦਲਿਆ। ਮੰਤਰਾਲਾ ਬਦਲਣ ਦੇ ਬਾਅਦ ਉਹ ਬੜੇ ਨਾਰਾਜ਼ ਹੋ ਕੇ ਉਨ੍ਹਾਂ ਨੇ ਉਸ ਮੰਤਰਾਲੇ ਨੂੰ ਹੀ ਨਹੀਂ ਸੰਭਾਲਿਆ ਹੈਗਾ। ਹੁਣ ਜਿਹੜੀ ਹੈਗੀ ਆ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਨੇ, ਪ੍ਰਸਥਿਤੀਆਂ ਇਹ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵਿਚਾਲੇ ਹੁਣ ਵੱਡੇ ਮਤਭੇਦ ਪੈਦਾ ਹੋ ਗਏ ਨੇ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਲੈ ਕੇ। ਤੇ ਲਗਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਹੋਰ ਵੀ ਵੱਡੇ ਪੱਧਰ ਤੇ ਘਟਨਾਕ੍ਰਮ ਸਿਆਸੀ ਬਦਲਣਗੇ ਤੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਇਕੱਠਿਆਂ ਰਹਿਣ ਦੀ ਸੰਭਾਵਨਾ ਬਹੁਤ ਘਟਦੀ ਜਾ ਰਹੀ ਹੈ। ਅਜਿਹੇ ਮਾਹੌਲ ਦੇ ਵਿਚ ਜੋ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਚਾਹੁੰਦਾ ਸੀਗਾ ਕਿ ਅਕਾਲੀ ਦਲ ਦੇ ਨਾਲੋਂ ਭਾਰਤੀ ਜਨਤਾ ਪਾਰਟੀ ਆਪਣਾ ਗਠਜੋੜ ਖਤਮ ਕਰ ਲਵੇ, ਤਾਂ ਹੁਣ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ
ਕਾਂਗਰਸ ਦੇ ਵਿਚ ਵੀ ਮਾਨ ਸਨਮਾਨ ਨਹੀਂ ਮਿਲ ਰਿਹਾ ਹੈਗਾ ਤੇ ਉਹ ਭਾਰਤੀ ਜਨਤਾ ਪਾਰਟੀ ਵਿਚ ਆ ਵੀ ਸਕਦੇ ਨੇ। ਪਰ ਹਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਉਨ੍ਹਾਂ ਨੇ ਅੱਜ ਇਹਨਾਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ, ਉਸ ਵਿਰੋਧ ਤੋਂ ਹਲੇ ਅਜਿਹਾ ਹੀ ਲੱਗਦਾ ਕਿ ਉਹ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਪੂਰੀ ਤਰੀਕੇ ਨਾਲ ਹੱਕ ਦੇ ਵਿਚ ਨਹੀਂ। ਪਰ ਪਰਿਸਥਿਤੀਆਂ ਬਦਲਣ ਲੱਗਿਆ ਸਮਾਂ ਨਹੀਂ ਲੱਗਦਾ ਹੈਗਾ। ਇਸ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਅਜਿਹੇ ਲੀਡਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਸਿੱਖ ਚਿਹਰੇ ਹੋਣ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿਚ ਪਹਿਲਾਂ ਰਹਿ ਚੁੱਕਾ ਅਤੇ ਜਿਹੜੀ ਭਾਰਤੀ ਜਨਤਾ ਪਾਰਟੀ, ਜੇਕਰ ਨਵਜੋਤ ਸਿੰਘ ਉੱਥੇ ਆ ਜਾਂਦੇ ਆ ਤਾਂ ਇਹ ਗੱਲ ਕਹੀ ਜਾਊਗੀ ਕਿ ਘਰ ਵਾਪਸੀ ਹੋ ਗਈ ਹੈ। ਤੇ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਭਾਰਤੀ ਜਨਤਾ ਪਾਰਟੀ ਦੇ ਵਿਚ ਨਵੀਂ ਸ਼ਕਤੀ ਵੀ ਪੈਦਾ ਹੋ ਸਕਦੀ ਹੈ ਤੇ ਦੇਖਣਾ ਇਹ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦਾ ਆਉਣ ਵਾਲੇ ਸਮੇਂ ਦੇ ਵਿਚ ਕੀ ਦ੍ਰਿਸ਼ਟੀਕੋਣ ਹੁੰਦਾ। ਦੂਜੀ ਗੱਲ ਇਹ ਵੀ ਹੈ ਕਿ ਕਾਂਗਰਸ ਜਿਸ ਨੇ ਕਿ ਕਾਫੀ ਰੱਦੋ ਬਦਲ ਵੀ ਕੀਤੀ ਹੈ, ਇੱਥੇ ਹਰੀਸ਼ ਰਾਵਤ ਇੰਚਾਰਜ ਵੀ ਲਗਾਏ ਗਏ ਨੇ। ਹਰੀਸ਼ ਰਾਵਤ ਵੱਲੋਂ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਮਾਨ ਸਨਮਾਨ ਦਿੱਤਾ ਜਾਂਦਾ, ਇਹ ਦੱਸਿਆ ਇਹ ਵੀ ਜਾਂਦਾ ਹੈ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨੇ ਵਧੀਆ ਸਬੰਧ ਨਹੀਂ ਹੈਗੇ ਜਿੰਨੇ ਕਿ ਜਿਹੜੀ ਪਹਿਲੀ ਇੰਚਾਰਜ ਦੇ ਸਨ। ਤੇ ਇਸ ਗੱਲ ਕਰਕੇ ਉਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹਰੀਸ਼ ਰਾਵਤ ਨੇ ਉਨ੍ਹਾਂ ਦੇ ਬਾਕੀਆਂ ਦੇ ਨਾਲ, ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਦੁੱਲੋ ਉਨ੍ਹਾਂ ਨਾਲ ਚੰਗੇ ਸਬੰਧ ਰਹੇ, ਤੇ ਇਸ ਗੱਲ ਕਰਕੇ ਇਹ ਵੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਵੇਂ ਨਾ ਕਿਵੇਂ ਉਹ ਕੇਂਦਰ ਦੇ ਵਿਚ ਜਿਹੜੀ ਹਾਈ ਕਮਾਨ ਹੈ ਉਨ੍ਹਾਂ ਨੂੰ ਸਿਫਾਰਿਸ਼ ਕਰਨਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਚੰਗਾ ਵਧੀਆ ਮਾਨ ਸਨਮਾਨ ਵਾਲਾ ਜਿਹੜਾ ਹੈਗਾ ਅਹੁਦਾ ਦਿੱਤਾ ਜਾਣਾ ਚਾਹੀਦਾ। ਜੇਕਰ ਇੱਕ ਗੱਲ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਬੋਲਣ ਵੇਲੇ ਤਾਂ ਬੋਲਦਾ ਨੀ, ਕਾਹਨੂੰ ਉਹਨੂੰ ਹੱਲਾਸ਼ੇਰੀ ਦੇ ਰਿਹਾ ਮੀਡੀਆ ਕਰਕੇ ਤਾਂ ਚਲੋ ਚਰਚਾ ਹੁੰਦੀ ਹੈ, ਅਗਲੇ ਨੇ ਤਾਂ ਵਿਊਜ਼ ਵਗੈਰਾ ਲੈਣੇ ਆ। ਜੇ ਓਵਰਆਲ ਦੇਖਿਆ ਜਾਵੇ ਕਿ ਕਿੰਨੇ ਘਟਨਾਕ੍ਰਮ ਵਾਪਰ ਗਏ, ਜਵਾਨ ਦੀ ਦੰਗਲਾ ਜਿਹੜੀ ਉਹ ਖੁੱਲੀ ਨੀ, ਤੇ ਇਹ ਵੀ ਇੱਕ ਬੜੀ ਆਪਣੇ ਆਪ ਵਿਚ ਰਹੱਸ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਇਹ ਹਮੇਸ਼ਾ ਹੀ ਇੱਕ ਲੋਕਾਂ ਦੇ ਵਿਚ ਪ੍ਰਭਾਵ ਰਿਹਾ ਕਿ ਉਹ ਬਹੁਤ ਜ਼ਿਆਦਾ ਬੋਲਦੇ ਨੇ ਤੇ ਪਰ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ ਡੇਢ ਸਾਲ ਹੋ ਚੁੱਕਾ ਹੈ ਉਹ ਚੁੱਪ ਧਾਰਨ ਕਰੀ ਬੈਠੇ ਆ ਤੇ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਵੀ ਨਹੀਂ ਬੋਲਦੇ, ਅੱਜ ਥੋੜਾ ਜਿਹਾ ਬਹੁਤਾ ਬੋਲਿਆ ਤੇ ਇਸ ਪਰ ਇੱਕ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਦਿਨੀ ਨਵਜੋਤ ਕੌਰ ਸਿੱਧੂ ਨੇ ਇੱਕ ਟਵੀਟ ਕੀਤਾ ਸੀਗਾ, ਉਹਦੇ ਵਿਚ ਭਾਰਤੀ ਜਨਤਾ ਪਾਰਟੀ ਦੀ ਪ੍ਰਸੰਸਾ ਵੀ ਕੀਤੀ ਗਈ ਸੀਗੀ ਤੇ ਇਸ ਗੱਲ ਕਰਕੇ ਥੋੜਾ ਥੋੜਾ ਇਸ ਤਰ੍ਹਾਂ ਵੀ ਲੱਗ ਰਿਹਾ ਕਿ ਉਨ੍ਹਾਂ ਵੱਲੋਂ ਇਸ਼ਾਰੇ ਕੀਤੇ ਜਾ ਰਹੇ ਨੇ ਕਿ ਉਹ ਜਿਹੜਾ ਹੈਗਾ ਪਾਰਟੀ ਬਦਲ ਵੀ ਸਕਦੇ ਆ ਤੇ ਪਰ ਸ਼ਰਤ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲ ਗਠਜੋੜ ਨਾ ਰੱਖੇ। ਦੂਜੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਚੁੱਪ ਧਾਰਨ ਕੀਤੀ ਗਈ ਹੈ ਇਹ ਮਤਲਬ ਇਸ ਤੋਂ ਅਜਿਹਾ ਵੀ ਲੱਗ ਰਿਹਾ ਕਿ ਉਹ ਸਿਆਸਤ ਤੋਂ ਕਾਫੀ ਜ਼ਿਆਦਾ ਉਨ੍ਹਾਂ ਨੂੰ ਨਾਰਾਜ਼ ਨੇ, ਖਾਸ ਤੌਰ ਤੇ ਕਾਂਗਰਸੀ ਲੀਡਰਸ਼ਿਪ ਤੋਂ, ਕਿਉਂਕਿ ਉਹ ਤਾਂ ਆਏ ਇਸ ਗੱਲ ਕਰਕੇ ਸੀਗੇ ਕਿ ਸਮਾਂ ਆਉਣ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਇਸੇ ਗੱਲ ਕਰਕੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਹੈਗੀ ਆ ਉਸ ਸਮੇਂ ਦੇ ਸਮਝੌਤਾ ਨਹੀਂ ਹੋ ਸਕਿਆ ਹੈਗਾ। ਪਰ ਕੈਪਟਨ ਅਮਰਿੰਦਰ ਸਿੰਘ ਇੱਕ ਬਹੁਤ ਜ਼ਿਆਦਾ ਮਜ਼ਬੂਤ ਲੀਡਰ ਨੇ ਤੇ ਇਸ ਸਮੇਂ ਜੋ ਕੇਂਦਰੀ ਹਾਈ ਕਮਾਨ ਹੈ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿਚ ਕੋਈ ਐਸਾ ਘਟਨਾਕ੍ਰਮ ਵਾਪਰੇ ਜਿਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਕਮਜ਼ੋਰ ਹੋਣ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਉਹ ਇਕ ਅਜਿਹੇ ਲੀਡਰ ਨੇ ਜਿਨ੍ਹਾਂ ਦੇ ਕੋਲ ਇਸ ਸਮੇਂ 70 ਦੇ ਕਰੀਬ MLA ਨੇ, ਉਨ੍ਹਾਂ ਵਿਚ ਮਾੜੇ ਮੋਟੇ ਨਾਰਾਜ਼ ਵੀ ਹੋ ਸਕਦੇ ਨੇ ਪਰ ਜਿੰਨੀ ਮਜ਼ਬੂਤ ਪਕੜ ਉਨ੍ਹਾਂ ਦੀ ਆ ਕਿਸੇ ਹੋਰ ਦੀ ਨਹੀਂ ਹੈਗੀ। ਇਸੇ ਗੱਲ ਕਰਕੇ ਨਵਜੋਤ ਸਿੰਘ ਸਿੱਧੂ ਦੀ ਇਸ ਸਮੇਂ ਪੁੱਛ ਪ੍ਰਤੀਤ ਘੱਟ ਹੀ ਹੈ ਤੇ ਜੇਕਰ ਉਹ ਬੋਲਣਗੇ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਵੀ ਹੋ ਸਕਦੀ ਤੇ ਇਸ ਗੱਲ ਕਰਕੇ ਉਹ ਇਹੀ ਸਮਝਦੇ ਨੇ ਕਿ ਬੋਲਣਾ ਉਚਿਤ ਨਹੀਂ। ਪਹਿਲੀ ਵਾਰ ਬੋਲ ਕੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਤੇ ਉਹ ਹੋਰ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ। ਜੀ ਇਹ ਵੀ ਗੱਲ ਹੈ ਕਿ ਨੁਕਸਾਨ ਤਾਂ ਪਹਿਲਾਂ ਹੀ ਬਹੁਤ ਹੋ ਚੁੱਕਾ, ਬੰਦ ਲੜਨਾ ਹੋ ਜਾਏ ਕਿਤੇ ਜੀ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਚਿੰਤਾ ਕਿਉਂ ਹੈ ਪੰਜਾਬ ਦੇ ਵਿਚ ਇਸ ਸਮੇਂ? ਕਿਸਾਨ ਯੂਨੀਅਨਾਂ ਜਾਂ ਕਿਸਾਨ ਭਾਈਚਾਰਾ ਇਸ ਗੱਲ ਕਰਕੇ ਅੰਦੋਲਨ ਹੋਇਆ ਮਤਲਬ ਅੰਦੋਲਨ ਕਰ ਰਿਹਾ ਹੈ ਕਿਉਂਕਿ ਇਸ ਦੇ ਨਾਲ ਸਿਰਫ ਕਿਸਾਨਾਂ ਨੂੰ ਹੀ ਨੁਕਸਾਨ ਨਹੀਂ ਹੋਣਾ ਹੈਗਾ ਤੇ ਪੰਜਾਬ ਦੇ ਵਿਚ ਹਰ ਵਰਗ ਨੂੰ ਇਸ ਦਾ ਨੁਕਸਾਨ ਹੋਣ ਵਾਲਾ ਹੈ।
ਤੇ ਇਸ ਵਕਤ ਵਿਚ ਅੰਕੜੇ ਸਾਹਮਣੇ ਆਇਆ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੱਸਿਆ ਹੈ ਕਿ ਪੰਜਾਬ ਦੇ ਵਿਚ 12 ਲੱਖ ਕਿਸਾਨ ਪਰਿਵਾਰ ਨੇ ਤੇ 28,000 ਰਜਿਸਟਰਡ ਕਮਿਸ਼ਨ ਏਜੰਟ ਨੇ ਜਿਹੜੇ ਆੜਤੀਏ ਨੇ ਤੇ ਇਸ ਦੇ ਨਾਲ ਜੋ FCI ਹੈ ਉਹਦੇ ਵੱਲੋਂ ਜਿੰਨੀ ਵੀ ਖਰੀਦਦਾਰੀ ਕੀਤੀ ਜਾਂਦੀ ਹੈ ਉਸ ਦੀ ਬਹੁਤ ਵੱਡੀ ਅਰਥ ਵਿਵਸਥਾ ਉਸ ਦੇ ਉੱਤੇ ਨਿਰਭਰ ਕਰਦੀ ਹੈ ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸਮਰਥਨ ਮੁੱਲ ਜੋ ਐਲਾਨਿਆ ਜਾਂਦਾ ਉਸ ਅਨੁਸਾਰ ਉਹ ਕਣਕ ਜਾਂ ਝੋਨਾ ਖਰੀਦਦੀ ਹੈ ਤੇ 2019-20 ਦੇ ਵਿਚ ਜੋ ਹਾੜੀ ਦਾ ਸੀਜ਼ਨ ਸੀਗਾ ਉਹਦੇ ਵਿਚ ਕੇਂਦਰ ਸਰਕਾਰ ਵੱਲੋਂ 343 ਲੱਖ ਮੀਟ੍ਰਿਕ ਟਨ ਜਿਹੜੀ ਹੈਗੀ ਕਣਕ ਖਰੀਦੀ ਗਈ ਤੇ ਉਹਦੇ ਵਿਚੋਂ 130 ਲੱਖ ਮੀਟ੍ਰਿਕ ਟਨ ਸਿਰਫ ਤੇ ਸਿਰਫ ਪੰਜਾਬ ਤੋਂ ਖਰੀਦੀ ਗਈ ਸੀ ਇੱਥੋਂ ਤੁਸੀਂ ਹਿਸਾਬ ਦੱਸ ਸਕਦੇ ਹੋ ਕਿ ਪੰਜਾਬ ਦਾ ਕਿੱਡਾ ਵੱਡਾ ਯੋਗਦਾਨ ਹੈ ਇਸੇ ਤਰੀਕੇ ਦੇ ਨਾਲ ਜਦੋਂ 2018-19 ਦਾ ਸੀਜ਼ਨ ਸੀਗਾ ਤਾਂ ਕੇਂਦਰ ਨੇ 443 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਸੀਗੀ ਤੇ ਪੰਜਾਬ ਦੇ ਵਿਚੋਂ 113.3 ਮੀਟ੍ਰਿਕ ਟਨ ਕਣਕ ਖਰੀਦੀ ਗਈ ਤੇ ਤਕਰੀਬਨ ਆਪਾਂ ਜੇ ਅੱਧ ਨਹੀਂ ਤਾਂ ਕਾਫੀ ਇੱਕ ਤਿਹਾਈ ਹਿੱਸਾ ਸਿਰਫ ਦੇ ਸਿਰਫ ਪੰਜਾਬ ਤੋਂ ਹੀ ਜਾਂਦਾ ਤੇ ਜੇਕਰ FCI ਕਣਕ ਨਹੀਂ ਖਰੀਦਦੀ ਹੈਗੀ ਜਾਂ ਝੋਨਾ ਨਹੀਂ ਖਰੀਦਦੀ ਤਾਂ ਉਹਦੇ ਨਾਲ ਜੋ ਆੜਤੀਏ ਨੇ ਤਕਰੀਬਨ 30,000 ਦੱਸੇ ਗਏ ਆ ਤੇ ਉਹਨਾਂ ਨੂੰ 2.5% ਦਾ ਘਾਟਾ ਪਊਗਾ ਤੇ ਉਹਨਾਂ ਨੂੰ ਕਮਿਸ਼ਨ ਨਹੀਂ ਮਿਲੂਗਾ ਤੇ ਸੂਬੇ ਦੀ ਸਰਕਾਰ ਹੈ ਉਹਨੂੰ 6% ਦਾ ਘਾਟਾ ਪਊਗਾ ਜੇ FCI ਕਣਕ ਜਾਂ ਝੋਨਾ ਨਹੀਂ ਖਰੀਦਦੀ ਹੈਗੀ ਕਿਉਂਕਿ ਉਸ ਨੂੰ ਇਸ ਜਿੰਨੀ ਵੀ ਖਰੀਦਦਾਰੀ ਹੁੰਦੀ ਆ ਉਸਦੇ ਚ 6% ਦਾ ਹਿੱਸਾ ਮਿਲਦਾ ਤੇ ਉਸ 6% ਹਿੱਸੇ ਦੇ ਨਾਲ ਪੰਜਾਬ ਦੇ ਵਿਕਾਸ ਦੇ ਉੱਤੇ ਕੰਮ ਕਰੇ ਤੇ ਜੇਕਰ ਖੁੱਲਾ ਬਾਜ਼ਾਰ ਚੱਲਦਾ ਤਾਂ ਉਹਦੇ ਨਾਲ 20 ਲੱਖ ਕਿਸਾਨ 30,000 ਹਿੰਦੂ ਭਾਈਚਾਰੇ ਦੇ ਸਬੰਧਤ ਆੜਤੀਆ ਤੇ 3 ਲੱਖ ਮੰਡੀ ਦੇ ਮਜ਼ਦੂਰ ਤੇ 30 ਲੱਖ ਭੂਮੀਹੀਣ ਜਿਹੜੇ ਖੇਤਾਂ ਦੇ ਵਿਚ ਕੰਮ ਕਰਦੇ ਨੇ ਉਹਨਾਂ ਮਜ਼ਦੂਰਾਂ ਨੂੰ ਨੁਕਸਾਨ ਹੋ ਸਕਦਾ ਤੇ ਇਹੀ ਕਾਰਨ ਹੈ ਕਿ ਇਸ ਸਮੇਂ ਇਸ ਇਹਨਾਂ ਬਿੱਲਾਂ ਨੂੰ ਲੈ ਕੇ ਸਿਰਫ ਕਿਸਾਨ ਹੀ ਨਹੀਂ ਆੜਤੀਏ ਮਜ਼ਦੂਰ ਜਿਹੜੇ ਖੇਤਾਂ ਵਿਚ ਕੱਤਦੇ ਮਜ਼ਦੂਰ ਉਹ ਵੀ ਕਾਫ਼ੀ ਚਿੰਤਤ ਨਜ਼ਰ ਆ ਰਹੇ ਨੇ ਕਿ ਜੇਕਰ ਇਹ ਬਿੱਲ ਲਾਗੂ ਹੋ ਗਏ ਤਾਂ ਇੱਥੇ ਵੱਡੇ ਘਰਾਣੇ ਆ ਕੇ ਖੇਤੀਬਾੜੀ ਕਰਨਗੇ ਉਹਨਾਂ ਵੱਲੋਂ ਪਤਾ ਨਹੀਂ ਉਹਨਾਂ ਦੀ ਕੀ ਦਿੱਤੀਆਂ ਹੋਣਗੀਆਂ ਉਹਨਾਂ ਵੱਲੋਂ ਕਿਸਾਨਾਂ ਨੂੰ ਕੀ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜੇਕਰ ਕਿਸਾਨ ਆਪਣੀ ਜ਼ਮੀਨ ਕੰਟਰੈਕਟ ਦੇ ਉੱਤੇ ਕਾਰਪੋਰੇਟ ਉਹਨਾਂ ਨੂੰ ਦਿੰਦਾ ਤਾਂ ਜੇਕਰ ਕੋਈ ਝਗੜਾ ਪੈਦਾ ਹੋ ਜਾਂਦਾ ਤਾਂ ਕਿਸਾਨ ਅਦਾਲਤ ਵਿਚ ਨਹੀਂ ਜਾ ਸਕਦਾ ਤੇ ਉਸ ਦੀ ਜੋ ਲੜਾਈ ਹੋਇਆ ਕਰੂਗੀ ਉਹ ਸਰਕਾਰੀ ਅਧਿਕਾਰੀਆਂ ਤੱਕ ਸੀਮਤ ਹੋ ਜਾ ਕੇ ਉਹ SDM ਕੋਲ ਜਾਊਗਾ ਜਾਂ ਕਿਸੇ ਹੋਰ ਅਧਿਕਾਰੀ ਕੋਲ ਜਾਊਗਾ ਤੇ ਉਸ ਸੰਬੰਧ ਵਿਚ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਕਿਸਦਾ ਪੱਖ ਪੂਰਦੇ ਨੇ ਇਹ ਵੀ ਬੜੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਜੋ ਮਾਹੌਲ ਬਣਿਆ ਹੋਇਆ ਉਸ ਤੋਂ ਤਾਂ ਅਜਿਹਾ ਹੀ ਚੱਲਦਾ ਕਿ ਇਹ ਕਿਸਾਨ ਜੋ ਖੇਤੀਬਾੜੀ ਨਾਲ ਸੰਬੰਧਿਤ ਨਾਲ 3 ਬਿੱਲ ਜਿਹੜੇ ਹੈਗੇ ਇਸ ਸਮੇਂ ਕਾਨੂੰਨ ਬਣ ਜਾ ਰਹੇ ਆ ਉਹਨਾਂ ਨਾਲ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਊਗਾ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਹੋਊਗਾ ਤੇ ਉਸ ਤੋਂ ਬਾਅਦ ਅਗਲੀ ਗੱਲ ਇਹ ਵੀ ਹੈ ਕਿ ਜਦੋਂ ਕਣਕ ਖਰੀਦੀ ਜਾਊਗੀ ਜਾਂ ਹੋਰ ਚੀਜ਼ਾਂ ਵੀ ਖਰੀਦੀ ਜਾਣਗੀਆਂ ਜਾਂ ਮੱਕੀ ਝੋਨਾ ਜੋ ਵੀ ਖਰੀਦਿਆ ਜਾਊਗਾ ਉਹਨਾਂ ਦਾ ਜਿਹੜੀ ਆ ਵੱਡੀ ਵੱਡੀਆਂ ਕੰਪਨੀਆਂ ਨੇ ਉਹਨਾਂ ਆਪਣੇ ਤਰੀਕੇ ਦੇ ਨਾਲ ਛੋਟੀ ਚੱਕੀਆਂ ਦੇ ਵਿਚ ਜਿਵੇਂ ਹੁਣ ਕਣਕ ਦਾ ਆਟਾ ਜਿਹੜਾ ਹੈਗਾ ਉਹ ਆਪਣੀਆਂ ਵੱਡੀਆਂ ਮਸ਼ੀਨਾਂ ਦੇ ਉੱਤੇ ਲਾਉਣਗੇ ਵੱਡੇ ਵੱਡੇ ਕਾਰਖਾਨੇ ਲਾਏ ਹੋਏ ਨੇ ਉਹਨਾਂ ਵੱਲੋਂ ਆਪਣੇ ਤਰੀਕੇ ਦੇ ਨਾਲ ਬੋਰੀਆਂ ਭਰ ਕੇ ਆਟਾ ਵੇਚਿਆ ਜਾਊਗਾ ਉਹਦੀ ਕੀਮਤ ਕੀ ਹੋਊਗੀ ਤੇ ਅਸੀਂ ਇਹ ਵੀ ਦੇਖਿਆ ਕਿ ਹੁਣ ਵੀ ਜਦੋਂ ਜਿਹੜਾ ਆਮ ਅਸੀਂ ਕਣਕ ਖਰੀਦਦੇ ਹਾਂ ਉਹ ਉਸ ਤੋਂ ਬਾਅਦ ਅਸੀਂ ਚੱਕੀ ਤੇ ਇਸ ਤੇ ਪਹਾ ਕੇ ਲਿਆਉਂਦੇ ਹਾਂ ਉਸ ਦੇ ਵਿਚ ਜਿੰਨੇ ਵੀ 50 ਪੈਸੇ ਜਿੰਨੇ ਵੀ ਪੈਸੇ ਉਹ ਕਣਕ ਦੇ ਕਿਲੋ ਦੇ ਹਿਸਾਬ ਨਾਲ ਚੱਕੀ ਵਾਲੇ ਲੈਂਦੇ ਆ ਤੇ ਸਾਨੂੰ ਜਿਹੜੀ ਹੈਗੀ ਆ ਜੇ 2,000 ਰੁਪਏ ਆਪਾਂ ਕੁਇੰਟਲ ਕਣਕ ਲੈਂਦੇ ਹਾਂ ਤਾਂ ਸਾਨੂੰ ਜਿਹੜਾ ਕਿਲੋ ਆਟਾ ਹੈ 2.10 ਰੁਪਏ ਪੈਂਦਾ ਤੁਸੀਂ ਬਾਜ਼ਾਰ ਦੇ ਵਿਚ ਜੋ ਵੱਡੀ ਵੱਡੀ ਕੰਪਨੀਆਂ ਦਾ ਆਟਾ ਖਰੀਦਦੇ ਹੋ ਉਹ 350 ਰੁਪਏ 400 ਰੁਪਏ ਜਿਹੜਾ ਹੈਗਾ 10 ਕਿਲੋ ਮਿਲਦਾ
ਤੁਸੀਂ ਹਿਸਾਬ ਲਾ ਲਓ ਵੀ ਵੱਡੀਆਂ ਕੰਪਨੀਆਂ ਜਿਵੇਂ ਰਿਲਾਇੰਸ ਵਰਗੀ ਕੰਪਨੀਆਂ ਨੇ ਉਹ ਜੇਕਰ ਕਣਕ ਖਰੀਦਣਗੀਆਂ ਤਾਂ ਉਹ ਆਮ ਲੋਕਾਂ ਵਾਸਤੇ ਨਹੀਂ ਚੱਲਣਗੀਆਂ ਤੇ ਆਪਣੀਆਂ ਹੀ ਕਾਰਖਾਨਿਆਂ ਦੇ ਵਿਚ ਉਹਨਾਂ ਦਾ ਆਟਾ ਪਿਹਾਉਣਗੀਆਂ, ਆਟਾ ਪਿਹਾ ਕੇ ਉਹ ਵੇਚਣਗੀਆਂ। ਇਸੇ ਤਰੀਕੇ ਨਾਲ ਹੋਰ ਚੀਜ਼ਾਂ ਦਾ ਵੀ ਇਸੇ ਤਰੀਕੇ ਨਾਲ ਹੋਊਗਾ ਤੇ ਇਸ ਦੇ ਨਾਲ ਆਮ ਲੋਕਾਂ ਦੇ ਜੀਵਨ ਤੇ ਵੀ ਇਸ ਦਾ ਕਾਫ਼ੀ ਪ੍ਰਭਾਵ ਪੈਣ ਵਾਲਾ। ਜੀ, ਆਮ ਲੋਕਾਂ ਦੇ ਜੀਵਨ ਤੇ ਵੱਡਾ ਪ੍ਰਭਾਵ ਪੈਣ ਵਾਲਾ ਬਿਨਾਂ ਸ਼ੱਕ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਸੀ। ਤੇ ਆ ਗਲਵਾਨ ਦੇ ਵਿਚ ਚੀਨੀ ਫੌਜੀਆਂ ਦੀ ਮੌਤ, ਇਹ ਗੱਲ ਗਲੋਬਲ ਟਾਈਮਸ ਨੇ ਮੰਨੀ ਹੈ ਜੀ। ਹੁਣ ਤੱਕ ਅਸੀਂ ਇਹ ਗੱਲ ਦੇਖਦੇ ਆਏ ਹਾਂ ਕਿ ਕਦੇ ਵੀ ਚੀਨੀ ਮੀਡੀਆ ਨੇ ਗੱਲ ਸਵੀਕਾਰ ਨਹੀਂ ਕੀਤੀ ਕਿ 15 ਜੂਨ ਨੂੰ ਜਦੋਂ ਭਾਰਤ ਤੇ ਚੀਨ ਦੀਆਂ ਫੌਜਾਂ ਦੀ ਆਪਸ ਦੇ ਵਿਚ ਲੜਾਈ ਹੋਈ ਹੈ ਤਾਂ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸੀਗੇ ਤੇ ਇਹ ਗੱਲ ਸੂਤਰਾਂ ਦੇ ਆਧਾਰ ਤੇ ਬਾਅਦ ਸਾਹਮਣੇ ਆਈ ਸੀਗੀ ਕਿ ਚੀਨ ਦੇ ਵੀ 43 ਜਵਾਨ ਮਾਰੇ ਗਏ ਸੀਗੇ। ਉਸ ਤੋਂ ਬਾਅਦ ਅਮਰੀਕਾ ਦੀ ਇਕ ਅਖਬਾਰ ਨੇ ਵੀ ਇਹ ਗੱਲ ਦੱਸੀ ਹੈ ਕਿ ਚੀਨ ਦੇ ਤਕਰੀਬਨ 60 ਤੋਂ 70 ਫੌਜੀ ਮਾਰੇ ਗਏ ਸੀਗੇ। ਪਰ ਜੋ ਚੀਨ ਦਾ ਸਰਕਾਰੀ ਮੀਡੀਆ ਜਿਨ੍ਹਾਂ ਵਿਚ ਵੱਡੀ ਵੱਡੀਆਂ ਅਖਬਾਰਾਂ ਵੀ ਨੇ, ਕੁਛ ਟੀਵੀ ਚੈਨਲ ਵੀ, ਇਹ ਸਾਰੇ ਕਮਿਊਨਿਸਟ ਸਰਕਾਰ ਦੇ ਕੰਟਰੋਲ ਹੇਠੇ ਹੀ ਚੱਲਦੇ ਆ। ਉਥੇ ਇਸ ਤਰ੍ਹਾਂ ਨਹੀਂ ਹੈਗਾ ਜਿਸ ਤਰੀਕੇ ਨਾਲ ਸਾਡੇ ਚੈਨਲ ਚੱਲਦੇ ਨੇ, ਸਾਡੀਆਂ ਅਖਬਾਰਾਂ ਚੱਲਦੇ ਆ, ਅਸੀਂ ਆਪਣੇ ਤਰੀਕੇ ਨਾਲ ਜੋ ਕੁਛ ਮਰਜ਼ੀ ਵੀ ਕਹਿ ਸਕਦੇ ਆ, ਉਸ ਤਰੀਕੇ ਨਾਲ ਨਹੀਂ ਚੱਲਦਾ ਹੈਗਾ। ਤੇ ਜੋ ਗਲੋਬਲ ਟਾਈਮਸ ਦਾ ਐਡੀਟਰ ਹੈ ਉਹਨੇ ਟਵੀਟ ਕਰਕੇ ਇਹ ਦੱਸੀ ਹੈ ਕਿ ਉਸ ਸਮੇਂ 15 ਜੂਨ ਨੂੰ ਜਦੋਂ ਦੋਨੇ ਜਿਹੜੀਆਂ ਫੌਜਾਂ ਦੀ ਆਪਸ ਦੇ ਵਿਚ ਲੜਾਈ ਹੋਈ ਹੈ ਉਹਦੇ ਵਿਚ 20 ਜਵਾਨ ਭਾਰਤ ਦੇ ਸ਼ਹੀਦ ਹੋਏ ਨੇ ਤੇ ਪਰ ਉਹਨੇ ਨਾਲ ਨਾਲ ਇਹ ਗੱਲ ਕਹੀ ਹੈ ਕਿ ਚੀਨ ਦਾ ਵੀ ਨੁਕਸਾਨ ਹੋਇਆ ਪਰ ਚੀਨ ਦਾ ਓਨਾ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਭਾਰਤ ਦਾ ਹੋਇਆ। ਤੇ ਇਸ ਤੋਂ ਇਕ ਗੱਲ ਤਾਂ ਸਾਹਮਣੇ ਆ ਰਹੀ ਹੈ ਕਿ ਉਸ ਸਮੇਂ ਚੀਨ ਦੇ 20 ਜਵਾਨ ਮਾਰੇ ਗਏ ਸੀਗੇ ਤੇ ਉਹ ਇਹ ਗੱਲ ਅਲੱਗ ਹੈ ਕਿ ਚੀਨ ਦੇ ਮੀਡੀਆ ਨੇ, ਚੀਨ ਦੀ ਸਰਕਾਰ ਨੇ ਜਾਂ ਚੀਨ ਦੇ ਕਿਸੇ ਵੀ ਬੁਲਾਰੇ ਨੇ ਇਹ ਗੱਲ ਮੰਨੀ ਨਹੀਂ ਹੈਗੀ ਤੇ ਹੁਣ ਇਹ ਗੱਲ ਉਹਨਾਂ ਵੱਲੋਂ ਮੰਨੀ ਜਾ ਰਹੀ ਹੈ ਕਿ ਸਾਡਾ ਵੀ ਨੁਕਸਾਨ ਹੋਇਆ। ਤੇ ਇਸ ਤੋਂ ਇਲਾਵਾ ਉਹਨੇ ਇਹ ਗੱਲ ਕਹੀ ਹੈ ਕਿ ਬੇਸ਼ੱਕ ਸਾਡਾ ਘੱਟ ਨੁਕਸਾਨ ਹੋਇਆ ਪਰ ਇਹ ਵੀ ਗੱਲ ਇਹ ਹੈ ਕਿ ਸਾਡਾ ਕੋਈ ਵੀ ਜਿਹੜਾ ਫੌਜੀ ਆ ਉਹ ਬੰਦੀ ਨਹੀਂ ਬਣਾਇਆ ਗਿਆ। ਪਰ ਹਕੀਕਤ ਇਹ ਹੈ ਕਿ ਉਸ ਸਮੇਂ ਚੀਨ ਦੇ ਕਈ ਵੱਡੇ ਅਧਿਕਾਰੀ ਭਾਰਤੀ ਜਵਾਨਾਂ ਦੇ ਬੰਦੀ ਬਣਾ ਰਹੇ ਸੀਗੇ। ਇਹੀ ਗੱਲ ਹੈ ਕਿ ਚੀਨ ਨੂੰ ਉਸ ਸਮੇਂ ਗੱਲਬਾਤ ਦੇ ਲਈ ਅੱਗੇ ਆਉਣਾ ਪਿਆ ਸੀਗਾ। ਉਸ ਗੱਲਬਾਤ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੇ ਹੈਗੇ ਆਪਸ ਦੇ ਵਿਚ ਵਟਾਂਦਰਾ ਹੋਇਆ ਤੇ ਸਾਡੇ ਹੋਰ ਜਵਾਨ ਵੀ ਵਾਪਸ ਆਏ ਸੀਗੇ ਤੇ ਚੀਨ ਦੇ ਜਵਾਨ ਵੀ ਵਾਪਸ ਕੀਤੇ ਗਏ ਸੀਗੇ। ਤੇ ਇਸ ਤੋਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਸਮੇਂ ਜੋ ਲੜਾਈ ਹੋਈ ਹੈ ਉਸ ਲੜਾਈ ਦੇ ਵਿਚ ਭਾਰਤੀ ਜਵਾਨਾਂ ਨੇ ਬਹੁਤ ਸਾਰੀ ਬਹਾਦਰੀ ਦਿਖਾਈ ਹੈ। ਸਾਡੇ ਇੱਥੇ ਪੰਜਾਬ ਦਾ ਇੱਕ ਯੋਧਾ ਸੀਗਾ, ਉਸਨੇ ਉਸ ਬਾਰੇ ਦੱਸਿਆ ਗਿਆ ਕਿ ਉਸ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਕਿ ਉਸਨੇ ਚੀਨ ਦੇ ਕਈ ਜਵਾਨਾਂ ਨੂੰ ਫੜ ਫੜ ਕੇ ਨਦੀ ਦੇ ਵਿਚ ਸੁੱਟਿਆ, ਕੁੱਟਮਾਰ ਕੀਤੀ, ਆਖਿਰਕਾਰ ਉਹ ਵੀ ਉਸ ਸਮੇਂ ਸ਼ਹੀਦ ਹੋ ਗਿਆ ਸੀਗਾ। ਤੇ ਇਸ ਤਰੀਕੇ ਨਾਲ ਚੀਨ ਇਹ ਗੱਲ ਮੰਨੇ ਜਾਂ ਨਾ ਮੰਨੇ ਪਰ ਇਹ ਹੈ ਕਿ ਹੁਣ ਭਾਰਤ ਵੀ ਇੱਕ ਚੰਗੀ ਸਥਿਤੀ ਦੇ ਵਿਚ ਬੈਠਾ। ਇਹੀ ਕਾਰਨ ਇਸ ਗੱਲ ਕਰਕੇ ਚੀਨ ਵੱਲੋਂ ਵੀ ਵਾਰ ਵਾਰ ਨਵੇਂ ਨਵੇਂ ਪੈਂਕੜੇ ਖੇਡੇ ਜਾ ਰਹੇ ਨੇ। ਕੱਲ ਜਿਵੇਂ ਆਪਾਂ ਗੱਲ ਕੀਤੀ ਸੀ ਉਸ ਵੱਲੋਂ ਆਪਣੇ ਚੌਂਕੀਆਂ ਦੇ ਉੱਤੇ ਪੰਜਾਬੀ ਗਾਣੇ ਲਗਾਏ ਜਾ ਰਹੇ ਨੇ। ਉਹ ਗਾਣੇ ਕਿਉਂ ਲਾਏ ਜਾ ਰਹੇ ਨੇ, ਕੀ ਇਹਦਾ ਮਕਸਦ ਹੈ, ਹਾਲੇ ਉਹ ਤਾਂ ਸਾਹਮਣੇ ਨਹੀਂ ਆਇਆ। ਪਰ ਇਹ ਹੈ ਕਿ ਚੀਨ ਮਨੋਵਿਗਿਆਨਿਕ ਤੌਰ ਤੇ ਭਾਰਤੀ ਫੌਜਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਤਾਂ ਜੋ ਜਿਹੜੇ ਹੈਗਾ ਇਹ ਜਿਹੜੀ ਭਾਰਤੀ ਫੌਜ ਹੈ ਉਹ ਉਸਦਾ ਜਵਾਬ ਨਾ ਦੇ ਸਕੇ। ਪਰ ਇਹ ਹੈ ਕਿ ਜਿਸ ਤਰੀਕੇ ਨਾਲ ਹੁਣ ਸਾਡੇ ਵੱਲੋਂ ਤੋਪਾਂ ਵੀ ਬੀੜੀਆਂ ਜਾ ਰਹੀਆਂ, ਜਹਾਜ਼ ਵੀ ਭੇਜੇ ਜਾ ਰਹੇ ਨੇ ਤੇ ਉਸ ਨੂੰ ਦੇਖਦੇ ਹੋਏ ਚੀਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਇੱਟ ਮਾਰੇਗਾ ਤਾਂ ਉਹਦਾ ਪੱਥਰ ਨਾਲ ਜਵਾਬ ਦਿੱਤਾ ਜਾਊਗਾ। ਇਹਦੇ ਨਾਲ ਨਾਲ ਇੱਕ ਹੋਰ ਵੀ ਕੱਲ ਰੱਖਿਆ ਮੰਤਰੀ ਨੇ ਸੰਸਦ ਦੇ ਵਿਚ ਕੁਛ ਗੱਲਾਂ ਕਹੀਆਂ, ਉਹਦੇ ਵਿਚ ਇਹ ਗੱਲ ਵੀ ਕਹੀ ਕਿ ਲੜਾਈ ਲਾਉਣਾ ਤਾਂ ਕਿਸੇ ਦੇ ਹੱਥ ਵਿਚ ਵੀ ਹੈ, ਲੜਾਈ ਅਸੀਂ ਪਰ ਇਸ ਨੂੰ ਖਤਮ ਕਰਨਾ ਸਾਡਾ ਕਿਸੇ ਦੇ ਹੱਥ ਵਿਚ ਨਹੀਂ ਹੈਗਾ। ਇਥੋਂ ਕਹਿਣ ਤੋਂ ਭਾਵ ਇਹ ਹੈ ਕਿ ਚਾਹੇ ਚੀਨ
युद्ध छेड़े या भारत युद्ध छेड़े यह छेड़िया जा सकता पर खत्म करना किसी के हाथ विच नहीं होगा। तो इहदा मतलब यह है कि उस दे नाल दोनों मुल्कों का बहुत वड्डा नुकसान होगा। तो दूजी गल यह भी है कि रक्षा मंत्री ने यह गल भी कही कि इस समय सरहद के उत्ते स्थिति बहुत ज्यादा चुनौतीपूर्ण है। इहदा मतलब यही है कि चीन जिन्हां जिन्हां थावां दे उत्ते बैठा सीगा उत्थों हाले तक हिलिया नहीं हैगा। ते जब तक चीन ए भी गल दसी गई है कि 40 स्थान हैगे उत्थे जिन्हां दे उत्ते पेट्रोलिंग हुंदी है ते 15 स्थानां दे उत्ते चीन ने इस तरीके नाल कब्जा कीता होया जिथे भारतीय फौज हुण पेट्रोलिंग नहीं कर पा रही हैगी। ते इस गल करके हुण जोकर स्थिति बनी है ਉਹ ਕਾਫੀ ਗੰਭੀਰ ਹੈ ਪਰ ਅਸੀਂ ਵੀ ਕਹਿੰਦੇ ਹਾਂ ਸਾਰੀ ਜਿਵੇਂ ਰੱਖਿਆ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਇਹ ਯੁੱਧ ਨਹੀਂ ਲੱਗਣਾ ਚਾਹੀਦਾ ਜੇ ਯੁੱਧ ਲੱਗਦਾ ਤੇ ਠੀਕ ਹੈ ਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਭਾਜਦਾਂ ਨੂੰ ਬਾਣ ਬਰਾਬਰ ਹੁੰਦੇ ਆ ਇਹ ਦੋਨਾਂ ਮੁਲਕਾਂ ਲਈ ਬਰਾਬਰ ਨੇ ਹੁਣ ਭਾਰਤ 1962 ਵਾਲਾ ਭਾਰਤ ਨਹੀਂ ਰਿਹਾ ਹੈਗਾ ਭਾਰਤ ਹੁਣ ਕਾਫੀ ਮਜ਼ਬੂਤ ਸਥਿਤੀ ਦੇ ਵਿਚ ਹੈ ਤੇ ਇਸ ਦੇ ਨਾਲ ਦੋਨਾਂ ਮੁਲਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਚੀਨ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੇ ਭਾਰਤ ਤਾਂ ਇਹ ਗੱਲ ਕਹਿੰਦਾ ਹੀ ਆ ਰਿਹਾ ਤੇ ਜੇਕਰ ਚੀਨ ਨਹੀਂ ਸਮਝੂਗਾ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਹ ਬਹੁਤ ਵੱਡੀ ਸਥਿਤੀ ਵਿਗੜ ਸਕਦੀ ਹੈ ਕਿਉਂਕਿ ਅੱਗੇ ਬਰਫ਼ ਪੈਣੀ ਹੈ ਤੇ ਦੋਨਾਂ ਫੌਜਾਂ ਦੇ ਲਈ ਰਹਿਣਾ ਬਹੁਤ ਵੱਡਾ ਇਕ ਚੁਣੌਤੀ ਹੋਊਗੀ। ਇਕ ਤਾਂ ਬਰਫ਼ ਦੇ ਨਾਲ ਲੜਨਾ ਪਊਗਾ ਇਕ ਦੂਜੇ ਦੇ ਨਾਲ ਲੜਨਾ ਪਊਗਾ ਤੇ ਜੇਕਰ ਇਹ ਸਥਿਤੀ ਬਣਦੀ ਹੈ ਤਾਂ ਬਹੁਤ ਹੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਜੀ ਆਪਾਂ ਲਈਏ ਜੀ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਲਓ ਜੀ ਹਾਜ਼ਰ ਹਾਂ ਇੱਕ ਵਾਰ ਫੇਰ ਰੇਡੀਓ ਚੰਨਪੁਰ ਦੇ ਸੀਰੀ ਉੱਤੇ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ। ਦਰਸ਼ਨ ਸਿੰਘ ਦਰਸ਼ਕ ਹੋਰੇ ਆਪਣੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ, ਥੋੜਾ ਜ਼ੋਰਾਂ ਪਟਿਆਲਾ ਪਟਿਆਲੇ ਤੋਂ, ਤੇ ਆਪਾਂ ਕਰਦੇ ਹਾਂ ਜੀ ਹੋਰ ਗੱਲਬਾਤ। ਮਨੋਹਰ ਲਾਲ ਖੱਟੜ ਦੀ ਸਰਕਾਰ ਨੂੰ ਵੀ ਕੋਈ ਨੁਕਸਾਨ ਹੋ ਸਕਦਾ ਜੀ? ਮਨੋਹਰ ਲਾਲ ਖੱਟੜ ਇਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਵੱਲੋਂ ਪੂਰੀਆਂ ਥਾਪੀਆਂ ਮਾਰ ਕੇ ਸਮਰਥਨ ਕੀਤਾ ਜਾ ਰਿਹਾ ਮੋਦੀ ਸਰਕਾਰ ਦਾ। ਕਰਨਾ ਵੀ ਚਾਹੀਦਾ ਕਿਉਂਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿਚ। ਤੇ ਇਹਦੇ ਨਾਲ ਨਾਲ ਇਹ ਵੀ ਗੱਲ ਬੜੀ ਗੰਭੀਰ ਹੈ ਕਿ ਉਸ ਨੇ ਜੋ ਸਮਰਥਨ ਲਿਆ ਹੈ ਉਹ ਹੈਗੀ ਆ ਦੁਸ਼ਯੰਤ ਚੌਟਾਲਾ ਦੀ ਪਾਰਟੀ। ਦੁਸ਼ਯੰਤ ਚੌਟਾਲਾ ਦਾ ਜੋ ਪਿਛੋਕੜ ਹੈ ਉਹ ਜਾਟ ਭਾਈਚਾਰੇ ਨਾਲ ਹੈ। ਉਹ ਤੇ ਦਾਦਾ ਪੜਦਾਦਾ ਚੌਧਰੀ ਦੇਵ ਲਾਲ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹਿ ਚੁੱਕਿਆ ਤੇ ਉਹਨਾਂ ਬਾਰੇ ਹਮੇਸ਼ਾ ਹੀ ਇਹ ਗੱਲ ਮਸ਼ਹੂਰ ਰਹੀ ਹੈ ਕਿ ਜਦੋਂ ਵੀ ਉਹ ਕੇਂਦਰ ਦੇ ਵਿਚ ਜਾਂਦੇ ਸੀਗੇ ਜਾਂ ਉਹਨਾਂ ਦੀ ਆਪਣੀ ਹਰਿਆਣਾ ਦੇ ਵਿਚ ਸਰਕਾਰ ਸੀਗੀ ਉਹ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹੁੰਦੇ ਸੀਗੇ ਤੇ ਇਸੇ ਗੱਲ ਕਰਕੇ ਕੋਈ ਵੀ ਚਾਹੇ ਕੇਂਦਰ ਦੇ ਵਿਚ ਸਰਕਾਰ ਸੀਗੀ ਤਾਂ ਕਦੇ ਵੀ ਜੋ ਕਿਸਾਨਾਂ ਬਾਰੇ ਕੋਈ ਫੈਸਲਾ ਲੈਣਾ ਹੁੰਦਾ ਸੀਗਾ ਤਾਂ ਚੌਧਰੀ ਦੇਵੀ ਲਾਲਾ ਉਹਨਾਂ ਦੀ ਸਲਾਹ ਦੇ ਨਾਲ ਹੀ ਫੈਸਲਾ ਲਿਆ ਜਾਂਦਾ ਸੀਗਾ ਤੇ ਇਸੇ ਗੱਲ ਕਰਕੇ ਉਹਨਾਂ ਨੂੰ ਉਪ ਪ੍ਰਧਾਨ ਮੰਤਰੀ ਵੀ ਇਸੇ ਕਾਰਨ ਕਰਕੇ ਬਣਾਇਆ ਸੀ ਚੰਦਰ ਸ਼ੇਖਰ ਸਰਕਾਰ ਦੇ ਮੌਕੇ ਚ। ਤੇ ਜਦੋਂ ਚੌਟਾਲਾ ਦੇ ਜਿਹੜੇ ਚੌਧਰੀ ਦੇਵਿੰਦਰ ਲਾਲ ਦੇ ਬੇਟੇ ਚੌਟਾਲਾ ਹਰਿਆਣਾ ਦੇ ਮੁੱਖ ਮੰਤਰੀ ਬਣੇ ਉਹਨਾਂ ਦੇ ਉੱਤੇ ਵੀ ਮਤਲਬ ਉਹਨਾਂ ਬਾਰੇ ਵੀ ਹਮੇਸ਼ਾ ਇਹੀ ਪ੍ਰਭਾਵ ਰਹਿੰਦਾ ਸੀਗਾ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਸੀਗੇ। ਹੁਣ ਜਦੋਂ ਕੇਂਦਰ ਦੇ ਵਿਚ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਤਿੰਨ ਖੇਤੀਬਾੜੀ ਬਾਰੇ ਬਿੱਲ ਪੇਸ਼ ਕੀਤੇ ਗਏ ਤੇ ਹਰਿਆਣਾ ਦੇ ਕਿਸਾਨ ਵੀ ਐਜੀਟੇਸ਼ਨਾਂ ਕਰ ਰਹੇ ਨੇ। ਪਿਛਲੇ ਦਿਨੀ ਐਜੀਟੇਸ਼ਨ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਨੇ ਉੱਥੇ ਲਾਠੀਚਾਰਜ ਕੀਤਾ। ਲਾਠੀਚਾਰਜ ਦੇ ਕਾਰਨ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ ਸੀਗੇ ਤੇ ਇਸ ਗੱਲ ਕਰਕੇ ਹੁਣ ਦੁਸ਼ਯੰਤ ਚੌਟਾਲਾ ਦੇ ਉੱਤੇ ਵੀ ਇਸ ਤਰੀਕੇ ਦਾ ਦਬਾਅ ਪੈ ਰਿਹਾ ਕਿ ਜਦੋਂ ਤੁਹਾਡੀ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਆ ਰਹੀ ਹੈ ਹੁਣ ਜਦੋਂ ਪੂਰੇ ਭਾਰਤ ਦੇ ਵਿਚ ਕਿਸਾਨ ਮੋਦੀ ਸਰਕਾਰ ਦੇ ਖਿਲਾਫ਼ ਬੋਲ ਰਹੇ ਨੇ ਕਿ
ਉਹਨਾਂ ਵੱਲੋਂ ਇਹ ਜੋ ਬਿੱਲ ਲਿਆਂਦੇ ਜਾ ਰਹੇ ਨੇ ਇਹ ਕਿਸਾਨਾਂ ਦੇ ਖਿਲਾਫ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਜਾਣਗੇ। ਤਾਂ ਦੁਸ਼ਯੰਤ ਹੁਣੇ ਕਿਉਂ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਬਣੇ ਬੈਠੇ ਨੇ? ਉਦੋਂ ਤੱਕ ਪਹਿਲਾਂ ਤੱਕ ਤਾਂ ਬਿਆਨਬਾਜ਼ੀ ਚੱਲਦੀ ਆ ਰਹੀ ਸੀਗੀ, ਹੁਣ ਜਦੋਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਤਾਂ ਇਸ ਗੱਲ ਕਰਕੇ ਹੁਣ ਇਨ੍ਹਾਂ ਉੱਤੇ ਵੀ ਕਾਫੀ ਜ਼ਿਆਦਾ ਦਬਾਅ ਵੱਧ ਗਿਆ। ਪਿਛਲੇ ਦਿਨੀ ਜੋ ਕੁੱਟਮਾਰ ਹੋਈ, ਕੁੱਟਮਾਰ ਤੋਂ ਬਾਅਦ ਦੁਸ਼ਯੰਤ ਚੌਟਾਲਾ ਦੇ ਭਰਾ ਜਿਹੜੇ ਦਿਗਵਿਜੇ ਸਿੰਘ ਚੌਟਾਲਾ ਨੇ ਉਨ੍ਹਾਂ ਨੇ ਕਿਸਾਨਾਂ ਤੋਂ ਮਾਫ਼ੀ ਵੀ ਮੰਗੀ ਸੀਗੀ, ਤੇ ਹੁਣ ਜਿਸ ਤਰੀਕੇ ਦੇ ਨਾਲ ਦਬਾਅ ਵੱਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਬਿੱਲਾਂ ਬਾਰੇ ਕੋਈ ਗੱਲਬਾਤ ਦਾ ਪ੍ਰਸਤਾਵ ਨਹੀਂ ਦਿੰਦੀ, ਲੋਕਾਂ ਦੇ ਵਿਚ ਕਿਸਾਨਾਂ ਦੇ ਵਿਚ ਗੁੱਸਾ ਵੱਧਦਾ ਚੱਲਿਆ ਜਾਂਦਾ, ਹਰਿਆਣਾ ਦੇ ਕਿਸਾਨ ਵੀ ਜਿਹੜਾ ਹੈਗਾ ਕਾਫ਼ੀ ਅੰਦੋਲਨ ਕਰ ਰਹੇ ਨੇ, ਤਾਂ ਉਹਦੇ ਨਾਲ ਜਿਹੜਾ ਦੁਸ਼ਯੰਤ ਚੌਟਾਲਾ ਉਨ੍ਹਾਂ ਉੱਤੇ ਵੀ ਦਬਾਅ ਵੱਧ ਸਕਦਾ ਹੈ। ਜੇਕਰ ਉਹ ਦਬਾਅ ਵੱਧ ਗਿਆ, ਜਿਸ ਇੱਕ ਹਰਸਿਮਰਤ ਕੌਰ ਬਾਦਲ ਨੇ ਇਹ ਦੇਖਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ, ਤਾਂ ਉਹ ਜਿਹਾ ਨੁਕਸਾਨ ਦੁਸ਼ਯੰਤ ਚੌਟਾਲਾ ਦੀ ਪਾਰਟੀ ਨੂੰ ਵੀ ਹੋ ਸਕਦਾ, ਤਾਂ ਅਜਿਹੇ ਦੇ ਵਿਚ ਜੋ ਪ੍ਰਸਥਿਤੀਆਂ ਬਣ ਰਹੀਆਂ ਨੇ ਤੇ ਦੁਸ਼ਯੰਤ ਚੌਟਾਲਾ ਨੂੰ ਸਮਰਥਨ ਵਾਪਸ ਵੀ ਲੈਣਾ ਪੈ ਸਕਦਾ। ਜੇ ਉਹ ਸਮਰਥਨ ਵਾਪਸ ਲੈ ਸਕਦਾ ਤਾਂ ਨਿਸ਼ਚਿਤ ਰੂਪ ਵਿਚ ਮਨੋਹਰ ਲਾਲ ਖੱਟੜ ਦੀ ਸਰਕਾਰ ਖਤਰੇ ਵਿਚ ਪੈ ਸਕਦੀ ਹੈ। ਬਾਕੀ ਹਾਲੇ ਸਮਾਂ ਦੱਸੂਗਾ ਕੀ ਬਣਦਾ, ਪਰ ਇਹ ਹੈ ਕਿ ਹਾਲ ਦੀ ਘੜੀ ਇਹ ਹਾਲਾਤ ਜਿਹੜੇ ਹੈਗੇ, ਕਾਂਗਰਸੀ ਲੀਡਰ ਵੀ ਇਹ ਦੁਸ਼ਯੰਤ ਚੌਟਾਲਾ ਨੂੰ ਕਹਿ ਰਹੇ ਨੇ ਕਿ ਜੇਕਰ ਕਿਉਂਕਿ ਚੌਟਾਲਾ ਪਰਿਵਾਰ ਤੇ ਬਾਦਲ ਪਰਿਵਾਰਾਂ ਦੀ ਕਾਫ਼ੀ ਸਮੇਂ ਤੋਂ ਚੰਗੀ ਨਿਭਦੀ ਆ ਰਹੀ ਹੈ ਤੇ ਚੌਧਰੀ ਦੇਵਦਾਲ ਤੇ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਜਾਰੀ ਤਾਂ ਕਾਫ਼ੀ ਜ਼ਿਆਦਾ ਮਸ਼ਹੂਰ ਰਹੀ ਹੈ ਕਿ ਉਹਦੇ ਵਿਚ ਜਾਰੀ ਪੰਜਾਬ ਨੂੰ ਮਹਿੰਗੀ ਵੀ ਬਹੁਤ ਪਈ ਹੈ ਜੀ ਉਨ੍ਹਾਂ ਦੀ। ਹਾਂ ਮਹਿੰਗੀ ਜੀ ਜੀ ਤੇ ਉਸ ਦੇ ਨਾਲ ਨਾਲ ਇੱਕ ਇਹ ਵੀ ਗੱਲ ਦੱਸਣ ਯੋਗ ਹੈ ਕਿ ਇਸ ਪਰਿਵਾਰ ਦੀ ਯਾਰੀ ਦੋਸਤੀ ਇੰਨੀ ਜ਼ਿਆਦਾ ਗੂੜੀ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਦੇ ਵਿਚ ਸੀਗੇ ਤਾਂ ਉਨ੍ਹਾਂ ਦੀ ਬੇਟੀ ਦਾ ਜਦੋਂ ਵਿਆਹ ਹੋਇਆ ਸੀਗਾ ਤਾਂ ਉਸਦਾ ਕੰਨਿਆਦਾਨ ਚੌਧਰੀ ਦੇਵੀ ਲਾਲ ਹੋਣਾ ਨਹੀਂ ਕੀਤਾ ਸੀਗਾ, ਜਿਹੜੇ ਕਿ ਕੈਰੋ ਪਰਿਵਾਰ ਦੇ ਵਿਚ ਵਿਆਹੀ ਗਈ ਸੀਗੀ। ਤੇ ਇਸ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਨ੍ਹਾਂ ਦੋਨਾਂ ਪਰਿਵਾਰਾਂ ਦੀ ਜੇਕਰ ਯਾਰੀ ਦੋਸਤੀ ਸੀ ਤੇ ਨਾਲ ਨਾਲ ਸਿਆਸੀ ਜੋ ਮਤਲਬ ਆਪਾਂ ਕਹਿ ਸਕਦੇ ਹਾਂ ਸੋਚ ਹੈ ਉਹ ਵੀ ਇੱਕੋ ਤਰ੍ਹਾਂ ਦੀ ਹੈ, ਕਿਉਂਕਿ ਉਹ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ, ਉਹ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਨੇ। ਹੁਣ ਦੇਖਣਾ ਇਹ ਹੋਊਗਾ ਕਿ ਦੁਸ਼ਯੰਤ ਚੌਟਾਲਾ ਇਸ ਮਾਮਲੇ ਦੇ ਵਿਚ ਕੀ ਸਟੈਂਡ ਲੈਂਦੇ ਆ, ਜੇਕਰ ਹਾਲਾਤ ਬਣੇ ਤਾਂ ਆਉਣ ਵਾਲੇ ਸਮੇਂ ਤੋਂ ਉਨ੍ਹਾਂ ਨੂੰ ਵੀ ਜਿਹੜਾ ਹੈਗਾ ਇਸ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਪੈ ਸਕਦਾ ਹੈ। ਜੀ ਇਹ ਵੀ ਗੱਲ ਥੋੜੀ ਸਹੀ ਹੈ ਤੇ ਅਗਲੀ ਗੱਲ ਕਰੀਏ ਜੀ ਆਪਾਂ, ਉਹ ਕੀ ਕਹਿੰਦੇ ਆ ਮਸਲੇ ਹੋਰ ਨੇ। ਇੱਕ ਕਾਫੀ ਧਿਆਨ ਦੇਣ ਵਾਲੀ ਗੱਲ ਹੈ ਜਿਹੜੀ ਤੁਸੀਂ ਸਾਂਝੀ ਕਰਨ ਜਾ ਰਹੇ ਹੋ, ਇਹ ਮੇਰਾ ਵੀ ਧਿਆਨ ਖਿੱਚਦੀ ਹੈ ਹੋਰਾਂ ਦਾ ਵੀ ਖਿੱਚਦੀ ਹੈ ਤੇ ਗਰੀਬਾਂ ਲਈ ਫਰਿਸ਼ਤਾ ਸੀ ਡਾਕਟਰ ਮੁਸਲਿਮ ਭਾਈਚਾਰੇ ਨੇ ਅਰਥੀ ਨੂੰ ਦਿੱਤਾ ਮੁੰਡਾ। ਜਦੋਂ ਆਪਾਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ ਉਨ੍ਹਾਂ ਜ਼ਿਲ੍ਹਿਆਂ ਦੇ ਜਿੱਥੇ ਇਹ ਲੱਗਦਾ ਹੁੰਦਾ ਹੈ ਕਿ ਉੱਥੇ ਮੁਸਲਿਮ ਭਾਈਚਾਰੇ ਦਾ ਜ਼ਿਆਦਾ ਪ੍ਰਭਾਵ ਹੋ ਸਕਦਾ, ਕੱਲ ਆਪਾਂ ਅਯੋਧਿਆ ਦੀ ਗੱਲ ਕੀਤੀ ਸੀ, ਉੱਥੇ ਵੀ ਜਦੋਂ ਅਯੋਧਿਆ ਦੀ ਗੱਲ ਕਰਦੇ ਹਾਂ ਕਿਉਂਕਿ ਬਾਬਰੀ ਮਸਜਿਦ ਟੁੱਟਣ ਉਪਰੰਤ ਉੱਥੇ ਮੁਸਲਿਮ ਅਤੇ ਹਿੰਦੂ ਭਾਈਚਾਰੇ ਦੇ ਵਿਚ ਬੜਾ ਵੱਡਾ ਟਕਰਾਓ ਚੱਲਿਆ, ਉੱਥੇ ਦੰਗੇ ਵੀ ਹੋਏ ਸੀਗੇ ਤੇ ਉਸ ਤੋਂ ਇਹ ਅਜਿਹਾ ਲੱਗਦਾ ਸੀਗਾ ਕਿ ਹਿੰਦੂਆਂ ਤੇ ਸਿੱਖਾਂ ਦੇ ਵਿਚ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚ ਚੰਗਾ ਤਾਲਮੇਲ ਨਹੀਂ ਹੋਣਾ, ਪਿਆਰ ਨਹੀਂ ਹੋਊਗਾ। ਪਰ ਉਹ ਦੋਨਾਂ ਦੋਸਤਾਂ ਦੀ ਜੋ ਕਹਾਣੀ ਆਪਾਂ ਕੱਲ ਦੱਸੀ ਸੀਗੀ ਕਿ ਦੋਨੇ ਬੇਰੁਜ਼ਗਾਰ ਹੋ ਗਏ ਸੀ, ਦੋਨਾਂ ਨੇ ਰਲ ਕੇ ਹੀ ਆਪਣੇ ਟਿਫਨ ਦਾ ਕਾਰੋਬਾਰ ਕੀਤਾ, ਟਿਫਨ ਦੇ ਕਾਰੋਬਾਰ ਤੇ ਅੱਜ ਉਹ ਤਿੰਨ ਰੈਸਟੋਰੈਂਟਾਂ ਦੇ ਮਾਲਕ ਨੇ। ਉਸੇ ਤਰੀਕੇ ਦੇ ਨਾਲ ਇਹ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਗੱਲ ਹੈ, ਉੱਥੇ ਇੱਕ ਡਾਕਟਰ ਸੀਗਾ ਜਿਹੜਾ ਕਿ ਮੁਸਲਿਮ ਬਸਤੀ ਦੇ ਵਿਚ ਉਸ ਨੇ ਆਪਣਾ ਕਲੀਨਿਕ ਖੋਲਿਆ ਹੋਇਆ ਸੀਗਾ ਤੇ ਉਹਦਾ ਉਸ ਡਾਕਟਰ ਗੁਪਤਾ ਜਦੋਂ ਵੀ ਕਦੇ ਕਿਸੇ ਕੋਲ ਜੇਕਰ ਪੈਸੇ ਵੀ ਨਹੀਂ ਹੁੰਦੇ ਸੀਗੇ ਤਾਂ ਉਹ ਮੁਫ਼ਤ ਦਵਾਈ ਦਿੰਦਾ ਸੀਗਾ ਤੇ ਉਹ ਅਸਲੀ ਮਾਇਨਿਆਂ ਦੇ ਵਿਚ ਡਾਕਟਰ ਦੱਸਿਆ ਜਾਂਦਾ ਜਿਹੜੇ ਕਿ ਲੋਕਾਂ ਦੀ ਸੇਵਾ ਕਰਦੇ ਨੇ।
सेवा कर लगे ओह अपने आर्थिक हितों का ध्यान नहीं रखते रखते जिमें कि अजकल लोगों च देखा गया जिमें कि प्राइवेट हस्पताल च देखते हैं ईवन के सरकारी हस्पताल देखते हैं सरकारी हस्पताल उन्होंने दृष्टिकोण कुछ होर है जो घर अपना कारोबार चलाते हैं जो रिटायर होने बाद चलाते तो उन्होंने माया प्रति दृष्टिकोण होर हो जाता है पर ए देखण यह है कि इस डाक्टर वालों लोगों तो पैसे भी नहीं ले जाते असली महीनों के लोगों की वह सेवा करते होंगे उन्होंने जदों मौत हो गई तो मुस्लिम भाईचारे के लोगों ने उसकी जड़ी अस्थी कंधा दिता मोढ़ा दिता जदों उस संस्कार कर जा रहे थे राम नाम सत्य है जी आवाज भी लाते जा रहे थे तो अजिहियां उदाहरण इस गल करके भी बहुत जरूरी हो जाती ने क्योंकि इस समय भारत का जो माहौल बनिया होया विच यही नजर आउंदा है कि जिस तरीके का घट गिणतियां ते बहु गिणतियां दे विचाले टकराव ही चल रहा है पर इहदे विच इह भी देखण नूं मिलदा है कि आम लोगों दे विच उह जहर नहीं हैगी जिहो जी जहर कुछ सियासी पार्टियां वालों दर्शाई जाती है उन्हां वालों तां इस तरीके का माहौल बनाया जाता है कि हिंदू ते मुस्लिम भाईचारे के लोग आपस दे विच लड़न ते उसका सियासी फायदा उन्हां नूं होवे पर अजिहे लोग ने जिन्हां ने जिहड़ा है फिरकू सद्भावना कायम कीती हुई है ओ सारे जिहड़े अजिहे डाक्टर ने उन्हां वल्लों मानवता नूं बराबर समझिया जांदा है ते हरेक व्यक्ति नूं उसे तरीके नाल ट्रीट कीता जांदा जिवें उसका घर का ही व्यक्ति हुंदा है ते इस तों सानूं सारयां नूं सिख्या लैणी चाहीदी है कि जिस तरीके नाल इसने डाक्टरी किते दी जिहड़ी हैगी आपां लाज रखी है लोगों के सेवा की इसे गल करके उस सेवा का कारण सीगा कि अज मुस्लिम भाईचारा भी उसका कायल सीगा उसकी मौत के उत्ते सारे हंझू बहा रहे सीगे ते उन्होंने कट्ठे होके उसका संस्कार किया जी ए भी एक वड्डी गल है जी और यही इंसानियत है जिहड़ी होनी चाहीदी है ते है बहुत कोरोना वाले मरीज है जिहड़े जी 52 लख तों गाह लंघ गए ने तुसीं ठीक होण वालिआं दा अंकड़ा दस्सो अज देखो इस समय भारत जेकर इस समय सिर्फ सिर्फ तसली प्रगट कर सकदा वह इस गल करके है कि इत्थे ठीक होणिआं दी प्रतिशत 78 दे करीब चली जाती है जेकर भी मतलब 100 बंदे बीमार होए ने ਤਾਂ ਉਹਨਾਂ ਵਿਚੋਂ 78 ਠੀਕ ਹੋ ਕੇ ਵੀ ਚਲੇ ਗਏ ਨੇ ਤੇ 22 ਬੰਦੇ ਬਿਮਾਰ ਨੇ ਤੇ ਇਸੇ ਤਰੀਕੇ ਦੇ ਨਾਲ ਇਹ ਵੀ ਗੱਲ ਸਾਡੇ ਹੱਕ ਦੇ ਵਿੱਚ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਇੱਥੇ ਇੰਨੇ ਜ਼ਿਆਦਾ ਲੋਕ ਬਿਮਾਰ ਹੋ ਚੁੱਕੇ ਇੱਥੇ ਮੌਤ ਦਰ ਬਾਕੀ ਮੁਲਕਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ ਇੱਥੇ 1.52 ਮੌਤ ਦਰ ਹੈ ਇਸੇ ਗੱਲ ਕਰਕੇ ਸਾਡੇ ਇੰਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਕਿ ਅਮਰੀਕਾ ਚ ਹੋ ਚੁੱਕੀਆਂ ਨੇ ਜਾਂ ਬ੍ਰਾਜ਼ੀਲ ਦੇ ਵਿੱਚ ਹੋ ਚੁੱਕੀਆਂ ਨੇ ਤੇ ਪਰ ਫਿਰ ਵੀ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਚਿੰਤਾ ਦਾ ਵਿਸ਼ਾ ਇਸ ਗੱਲ ਕਰਕੇ ਹੈ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮਰੀਜ਼ ਬਿਮਾਰ ਹੋ ਰਹੇ ਨੇ ਤੇ ਹੁਣ 95,000 98,000 ਤੇ ਆਉਣ ਵਾਲੇ ਸਮੇਂ ਦੇ ਵਿਚ ਲੱਖਾਂ ਦੇ ਵਿਚ ਵੀ ਇਹ ਜਾ ਸਕਦੇ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਅਗਲੇ 6 ਮਹੀਨੇ ਦੇ ਵਿਚ ਕੋਰੋਨਾ ਦੇ ਵਿਚ ਗਿਣਤੀ ਜਾ ਸਕਦੀ ਹੈ ਉਹਦਾ ਕਾਰਨ ਇਹ ਹੈ ਕਿ ਹਾਲੇ ਤੱਕ ਕੋਰੋਨਾ ਦੀ ਹਾਲਤ ਵੈਕਸੀਨ ਨਹੀਂ ਆਈ ਤੇ ਇਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਤੇ ਲੋਕ ਜਿਹੜੇ ਹੈਗੇ ਆ ਇਹਦੇ ਨਾਲ ਨਾਲ ਜੋ ਲਾਕਡਾਊਨ ਹੈ ਉਹ ਖਤਮ ਹੁੰਦਾ ਜਾ ਰਿਹਾ ਜਿੰਨੀਆਂ ਵੀ ਚਾਹੇ ਸਮਾਜਿਕ ਗਤੀਵਿਧੀਆਂ ਨੇ ਚਾਹੇ ਆਰਥਿਕ ਗਤੀਵਿਧੀਆਂ ਨੇ ਚਾਹੇ ਜੋ ਵੀ ਹੈਗਾ ਉਹ ਇੰਨੀ ਜ਼ਿਆਦਾ ਵੱਧ ਚੁੱਕੀਆਂ ਨੇ ਜਿਵੇਂ ਲਾਕਡਾਊਨ ਤੋਂ ਪਹਿਲਾਂ ਵਰਗ ਜੇ ਸਰਗਰਮੀਆਂ ਸੀਗੀਆਂ ਉਸੇ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਵੀ ਪਈਆਂ ਨੇ ਹੌਲੀ ਹੌਲੀ ਸਿਨੇਮੇ ਵੀ ਚੱਲਣ ਵਾਲੇ ਨੇ ਸਕੂਲ ਵੀ ਚੱਲਣ ਵਾਲੇ ਨੇ ਕਾਲਜ ਵੀ ਚੱਲਣ ਵਾਲੇ ਨੇ ਰੇਲਵੇ ਸੇਵਾਵਾਂ ਵੀ ਸ਼ੁਰੂ ਹੋਣ ਵਾਲੀਆਂ ਨੇ ਜੇਕਰ ਇਸ ਤਰੀਕੇ ਨਾਲ ਮਤਲਬ ਇਹ ਚੱਲ ਤਾਂ ਗਏ ਨੇ ਪਰ ਸਾਡੇ ਵੱਲੋਂ ਹਾਲੇ ਤੱਕ ਸੋਸ਼ਲ ਡਿਸਟੈਂਸੀ ਮਾਸਕ ਪਾਉਣਾ ਜਾਂ ਹੋਰ ਬੜੀ ਗੱਲਾਂ ਨੇ ਉਹਨਾਂ ਦੇ ਉੱਤੇ ਅਮਲ ਨਹੀਂ ਕੀਤਾ ਜਾ ਜੇਕਰ ਕੀਤਾ ਵੀ ਜਾਂਦਾ ਕੁਛ ਮਜਬੂਰੀਆਂ ਇਸ ਤਰ੍ਹਾਂ ਦੀ ਹੋ ਜਾਂਦੀਆਂ ਨੇ ਕਿ ਸਾਨੂੰ ਭੀੜ ਦੇ ਵਿੱਚ ਜਾਣਾ ਵੀ ਪੈ ਜਾਂਦਾ ਉਸ ਭੀੜ ਦੇ ਕਾਰਨ ਵੀ ਕੋਈ ਇੱਕ ਪੀੜਤ ਵਿਅਕਤੀ ਕਈ ਬੰਦਿਆਂ ਨੂੰ ਬਿਮਾਰ ਵੀ ਕਰ ਸਕਦਾ ਤੇ ਇਸ ਗੱਲ ਕਰਕੇ ਸਾਡੇ ਭਾਰਤ ਦੀ ਸਥਿਤੀ ਕਾਫ਼ੀ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਹੈ
ਗੰਭੀਰਤਾ ਸਥਿਤੀ ਪੂਰੀ ਦੁਨੀਆਂ ਦੀ ਵੀ ਹੈ ਤੇ ਉਹਦੇ ਵਿਚ ਜੇਕਰ ਅੱਜ ਦੀ ਸਥਿਤੀ ਦੇਖੀਏ ਤਾਂ ਉਹਦੇ ਵਿਚ 3,04,15,814 ਬੰਦੇ ਪੂਰੀ ਦੁਨੀਆਂ ਦੇ ਵਿਚ ਬਿਮਾਰ ਨੇ। ਮੌਤਾਂ ਦੀ ਗਿਣਤੀ 9,51,606 ਹੋ ਚੁੱਕੀ ਹੈ। ਅਮਰੀਕਾ ਹਾਲੇ ਸਭ ਤੋਂ ਉਪਰ ਚੱਲ ਰਿਹਾ ਹੈ, ਉਥੇ ਜੋ ਬਿਮਾਰ ਨੇ ਉਹ ਹੈਗੇ 68,80,182 ਤੇ ਮੌਤਾਂ ਦੀ ਗਿਣਤੀ ਜਿਸ ਤਰੀਕੇ ਨਾਲ ਟਰੰਪ ਸਾਹਿਬ ਕਹਿ ਰਹੇ ਸੀਗੇ ਕਿ ਅਸੀਂ 2,00,000 ਤੱਕ ਅਸੀਂ ਸੰਭਾਲ ਲਵਾਂਗੇ ਪਰ ਉਥੇ ਸੰਭਲਦੀ ਨਜ਼ਰ ਨਹੀਂ ਆ ਰਹੀ, ਇਸ ਗੱਲ ਕਰਕੇ ਨਹੀਂ ਨਜ਼ਰ ਆ ਰਹੀ ਕਿਉਂਕਿ ਉਥੇ ਜੋ ਹੈਗਾ 68,00,000 ਤੋਂ ਉਪਰ ਮਰੀਜ਼ ਨੇ ਤੇ ਇਸ ਗੱਲ ਕਰਕੇ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਹੋਰ ਜ਼ਿਆਦਾ ਸਥਿਤੀ ਗੰਭੀਰ ਹੋ ਸਕਦੀ ਹੈ। ਉਥੇ 2,02,306 ਮੌਤਾਂ ਹੋ ਚੁੱਕੀਆਂ ਨੇ। ਭਾਰਤ ਦੇ ਵਿਚ ਜਿਹੜੀ ਲੇਟੈਸਟ ਸਥਿਤੀ ਹੈ ਉਹ 52,28,478 ਹੈ। ਮੌਤਾਂ ਇੱਥੇ 83,505 ਹੋ ਚੁੱਕੀਆਂ ਨੇ। ਬ੍ਰਾਜ਼ਿਲ ਦੇ ਵਿਚ ਗਿਣਤੀ ਜੋ ਹੈ ਉਹ ਹੈਗੀ ਹੈ 44,57,443। ਮੌਤਾਂ ਉਥੇ ਵੀ ਕਾਫੀ ਹੋ ਚੁੱਕੀਆਂ ਨੇ, ਉਥੇ 1,05,031 ਮੌਤਾਂ ਹੋ ਚੁੱਕੀਆਂ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਸਥਿਤੀ ਵੀ ਕਾਫੀ ਜ਼ਿਆਦਾ ਗੰਭੀਰ ਹੈ। ਅੱਜ ਇੱਥੇ ਪੰਜਾਬ ਵਿਚ 62 ਮੌਤਾਂ ਹੋ ਚੁੱਕੀਆਂ ਨੇ ਤੇ 2,817 ਮਰੀਜ਼ ਆ ਚੁੱਕੇ ਨੇ ਤੇ ਜੋ ਅੱਜ ਦੀਆਂ ਮੌਤਾਂ ਨੇ ਉਹਦੇ ਵਿਚ ਜਲੰਧਰ ਦੇ ਵਿਚ ਅੱਜ ਸਭ ਤੋਂ ਜ਼ਿਆਦਾ 10 ਮੌਤਾਂ ਹੋਈਆਂ ਨੇ, ਹੁਸ਼ਿਆਰਪੁਰ ਦੇ ਵਿਚ 7 ਮੌਤਾਂ ਹੋਈਆਂ ਨੇ, ਮੋਹਾਲੀ ਚ 6 ਹੋਈਆਂ ਨੇ, ਪਟਿਆਲਾ ਚ 5 ਹੋਈਆਂ ਨੇ ਤੇ ਇਸ ਤਰੀਕੇ ਨਾਲ ਜੋ ਮੌਤਾਂ ਦੀ ਸਥਿਤੀ ਹੈ ਉਹ ਇਸ ਗੱਲ ਕਰਕੇ ਵੀ ਜ਼ਿਆਦਾ ਗੰਭੀਰ ਹੈ ਕਿ ਇੱਥੇ 3.2% ਲੋਕਾਂ ਦੀ ਮੌਤ ਹੋ ਰਹੀ ਹੈ ਜਦਕਿ ਪੂਰੇ ਭਾਰਤ ਦੇ ਵਿਚ 1.52 ਚੱਲ ਰਹੀ ਹੈ ਤੇ ਪੰਜਾਬ ਇਸ ਸਮੇਂ ਮੌਤਾਂ ਦੇ ਹਿਸਾਬ ਨਾਲ ਸਭ ਤੋਂ ਉਪਰ ਚੱਲ ਰਿਹਾ ਤੇ ਇੱਥੇ ਜੋ ਕੁੱਲ ਬਿਮਾਰ ਨੇ ਇਸ ਸਮੇਂ 92,833 ਹੋ ਚੁੱਕੇ ਨੇ, ਇੱਥੇ ਕੁੱਲ ਮੌਤਾਂ 2,708 ਹੋ ਚੁੱਕੇ ਨੇ ਤੇ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਚੱਲ ਰਹੀ ਹੈ, ਖਾਸ ਤੌਰ ਤੇ ਮੌਤਾਂ ਦੇ ਹਿਸਾਬ ਨਾਲ ਤੇ ਉਹਦਾ ਅਸੀਂ ਵਾਰੀ ਵਾਰੀ ਕਹਿੰਦੇ ਵੀ ਆਏ ਹਾਂ, ਕੈਪਟਨ ਸਾਹਿਬ ਵੀ ਕਹਿੰਦੇ ਆ ਰਹੇ ਨੇ, ਡਾਕਟਰ ਵੀ ਬਹੁਤ ਕਹਿੰਦੇ ਆ ਰਹੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਹਲੇ ਤੱਕ ਜੋ ਹੈ ਲੋਕਾਂ ਵੱਲੋਂ ਪਰਵਾਹ ਨਹੀਂ ਕੀਤੀ ਜਾ ਰਹੀ। ਹੁਣ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਜਦੋਂ ਪਹਿਲੇ ਮੌਤ ਹੋਈ ਸੀ ਜਾਂ ਪਹਿਲਾ ਮਰੀਜ਼ ਆਇਆ ਸੀਗਾ ਤਾਂ ਲੋਕ ਥਰ ਥਰ ਕੰਬਣ ਲੱਗ ਪਏ ਸੀਗੇ ਤੇ ਹੁਣ ਹਰੇਕ ਜਿਹੜਾ ਜ਼ਿਲ੍ਹੇ ਦੇ ਵਿਚ ਕਿਤੇ 10 ਹੋ ਰਹੀਆਂ ਨੇ, ਕਿਤੇ 15 ਮੌਤਾਂ ਹੋ ਰਹੀਆਂ ਨੇ, ਲੋਕ ਬਿਲਕੁਲ ਪਰਵਾਹ ਨਹੀਂ ਕਰ ਰਹੇ ਗੇ। ਇਸ ਜੋ ਪਰਵਾਹ ਅਸੀਂ ਕਰਨੀ ਬੰਦ ਕਰ ਦਿੱਤੀ ਹੈ ਉਹਦੇ ਕਰਕੇ ਹੀ ਮਰੀਜ਼ ਜ਼ਿਆਦਾ ਵਧਣੇ ਸ਼ੁਰੂ ਹੋ ਗਏ ਨੇ, ਉਹਦੇ ਕਰਕੇ ਹੀ ਮੌਤਾਂ ਜ਼ਿਆਦਾ ਵਧਾਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਤੋਂ ਸਾਨੂੰ ਸੰਭਲਣਾ ਚਾਹੀਦਾ ਹੈ। ਜੇ ਅਸੀਂ ਨਯਾ ਸੰਭੜੇ ਤਾਂ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਜੀ। ਤੇ ਸ਼ਮਸ਼ੇਰ ਸਿੰਘ ਦੁੱਲੋ ਹੋਰਾਂ ਨੇ ਆਪਦੀ ਸਰਕਾਰ ਦੇ ਖਿਲਾਫ਼ ਹੀ ਚੱਕਤੇ ਜੀ। ਸ਼ਮਸ਼ੇਰ ਸਿੰਘ ਦੁੱਲੋ ਇਕ ਬਾਗੀ ਲੀਡਰ ਨੇ ਕਾਂਗਰਸ ਦੇ, ਪ੍ਰਤਾਪ ਸਿੰਘ ਬਾਜਵਾ ਇਕ ਬਾਗੀ ਲੀਡਰ ਨੇ ਕਾਂਗਰਸ ਦੇ। ਉਹਨਾਂ ਬਾਰੇ ਆਪਾਂ ਨੂੰ ਪਹਿਲਾਂ ਵੀ ਪਤਾ ਹੈ ਕਿ ਜਦੋਂ ਉਹ ਪੰਜਾਬ ਦੇ ਵਿਚ ਸੀਗੇ ਤਾਂ ਉਹਨਾਂ ਵੱਲੋਂ ਲੈਟਰ ਬੰਬ ਬੜੇ ਛੱਟੇ ਗਏ ਜਿਹਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਵਾਰੀ ਵਾਰੀ ਨਿਸ਼ਾਨਾ ਬਣਾਇਆ ਗਿਆ। ਜੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਸਮੇਂ ਵਾਅਦੇ ਕੀਤੇ ਗਏ ਸੀਗੇ ਉਹ ਵਾਅਦੇ ਪੂਰੇ ਨਾ ਹੋਣ ਕਰਕੇ ਉਹਨਾਂ ਵੱਲੋਂ ਵਾਰੀ ਵਾਰੀ ਲੈਟਰ ਲਿਖੇ ਗਏ, ਉਹਦੇ ਵਿਚ ਇਹ ਦਸਿਆ ਗਿਆ ਕਿ ਉਹਨਾਂ ਵੱਲੋਂ ਆਹ ਕਮਜ਼ੋਰੀ ਆ, ਕਈ ਤਰੀਕੇ ਦੇ ਇਹ ਪੱਤਰ ਲਿਖੇ ਗਏ ਤੇ ਇਸ ਦੇ ਨਾਲ ਨਾਲ ਜਿਹੜਾ ਕਾਂਡ ਤਰਨ ਤਾਰਨ ਅੰਮ੍ਰਿਤਸਰ ਜਾਂ ਬਟਾਲਾ ਦੇ ਵਿਚ ਵਾਪਰਿਆ ਜਿੱਥੇ ਤਕਰੀਬਨ 125 ਦੇ ਕਰੀਬ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਤੇ ਇਸ ਦੀ ਆਲੋਚਨਾ ਆਮ ਦੂਜੀ ਸਿਆਸੀ ਪਾਰਟੀਆਂ ਨੇ ਤਾਂ ਕਰਨੀ ਹੀ ਸੀਗੀ ਪਰ ਸ਼ਮਸ਼ੇਰ ਸਿੰਘ ਦੁੱਲੋ ਉਨ੍ਹਾਂ ਨੇ ਵੀ ਕੀਤੀ ਤੇ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੇ ਵੀ ਕੀਤੀ। ਉਨ੍ਹਾਂ ਨੇ ਇਸ ਗੱਲ ਕਰਕੇ ਕੀਤੀ ਕਿਉਂਕਿ ਇਹ ਦੇਖਣ ਵਿਚ ਆਇਆ ਕਿ ਕਾਂਗਰਸ ਦੇ ਹੀ ਲੀਡਰ
ਇਹ ਸਾਰੇ ਧੰਦੇ ਕਰਵਾ ਰਹੇ ਸੀ ਨਸ਼ਿਆਂ ਦੇ ਸੰਬੰਧ ਵਿਚ। ਇਹ ਜਿਹੜੀ ਹੈਗੀ ਆ ਸਭ ਨੂੰ ਗੱਲ ਪਤਾ ਵੀ ਲੱਗ ਗਈ, ਮੀਡੀਆ ਦੇ ਵਿਚ ਵੀ ਆ ਚੁੱਕੀ ਆ, ਲੋਕਾਂ ਵੱਲੋਂ ਜਿਨ੍ਹਾਂ ਦੇ ਜਿਹੜੇ ਪਰਿਵਾਰ ਦੇ ਲੋਕਾਂ ਦੇ ਮਰ ਗਏ ਸੀਗੇ ਉਹਨਾਂ ਵੱਲੋਂ ਵੀ ਇਸ ਗੱਲ ਦਾ ਇਨਕਸ਼ਾਫ਼ ਕੀਤਾ ਗਿਆ ਕਿ ਜਿੰਨਾ ਵੀ ਮਾਝੇ ਦੇ ਖੇਤਰ ਦੇ ਵਿਚ ਸ਼ਰਾਬ ਦਾ ਧੰਦਾ ਚੱਲਦਾ ਆ ਰਿਹਾ ਉਹ ਕਾਂਗਰਸੀ ਲੀਡਰਾਂ ਵੱਲੋਂ ਹੀ ਕਰਵਾਇਆ ਜਾ ਰਿਹਾ। ਇਸ ਤੋਂ ਇਲਾਵਾ ਲਾਕਡਾਊਨ ਦੇ ਦੌਰਾਨ ਜੋ ਸਾਡੇ ਪਟਿਆਲੇ ਦੇ ਇਲਾਕੇ ਦੇ ਵਿਚ ਇਕ ਫੈਕਟਰੀ ਫੜੀ ਗਈ ਉਹਦੇ ਵਿਚ ਐਮ ਐਲ ਏ ਦੇ ਨਾਂ ਆਏ ਤੇ ਕਾਫ਼ੀ ਕਾਂਗਰਸੀ ਲੀਡਰ ਵੀ ਫੜੇ ਗਏ। ਇਸੇ ਤਰੀਕੇ ਨਾਲ ਖਰੜੇ ਦੇ ਕੋਲ ਇਕ ਫੈਕਟਰੀ ਫੜੀ ਗਈ ਉਹਦੇ ਵਿਚ ਵੀ ਇਹੀ ਪਤਾ ਲੱਗਿਆ ਕਿ ਕਾਂਗਰਸੀ ਲੀਡਰਾਂ ਦਾ ਹੱਥ ਹੈ ਤੇ ਇਹ ਕਾਂਗਰਸੀ ਲੀਡਰ ਜੋ ਸ਼ਰਾਬ ਦਾ ਧੰਦਾ ਕਰਵਾ ਰਹੇ ਨੇ ਉਸ ਸਬੰਧ ਵਿਚ ਸ਼ਮਸ਼ੇਰ ਸਿੰਘ ਦੁੱਲੋਂ ਵੱਲੋਂ ਇਸ ਗੱਲ ਕਰਕੇ ਵੀ ਆਵਾਜ਼ ਉਠਾਈ ਜਾ ਰਹੀ ਹੈ ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਆਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ, ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ ਤੇ ਇਸੇ ਗੱਲ ਕਰਕੇ ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਕਾਫ਼ੀ ਖਫ਼ਾ ਨੇ, ਤਾਂ ਹੀ ਉਨ੍ਹਾਂ ਨੇ ਜਿਹੜਾ ਹੈਗਾ ਸਰਕਾਰ ਦੇ ਖਿਲਾਫ਼ ਆਵਾਜ਼ ਉਠਾਈ ਹੈ। ਇਹਦੇ ਨਾਲ ਨਾਲ ਇਕ ਜੁੜਵੀਂ ਖ਼ਬਰ ਇਹ ਵੀ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਦੀ ਜਿਹੜੀ ਜਾਂਚ ਸੀਗੀ ਉਹ ਈਡੀ ਜਲੰਧਰ ਨੇ ਕਰਨੀ ਸੀਗੀ, ਹੁਣ ਉਹ ਦਿੱਲੀ ਟਰਾਂਸਫਰ ਕਰਤੀ ਹੈ ਜੀ। ਤੇ ਜਿਹੜਾ ਹੈਗਾ 28 ਅਗਸਤ ਨੂੰ ਮਤਲਬ ਇਸ ਸਬੰਧ ਵਿਚ ਇਹ ਕੇਸ ਆਇਆ ਸੀਗਾ ਤੇ ਹੁਣ ਇਹ ਦਿੱਲੀ ਟਰਾਂਸਫਰ ਕਰਤੀ ਹੈ ਤੇ ਉਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਕਿਸੇ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਮੌਜੂਦਾ ਸਰਕਾਰ ਵੱਲੋਂ ਜਿਹੜੀ ਜਾਂਚ ਕਰਵਾਈ ਜਾ ਰਹੀ ਆ ਉਹਦੇ ਵਿਚ ਸਿਆਸੀ ਲੀਡਰ ਬਚ ਵੀ ਸਕਦੇ ਸੀਗੇ, ਪਰ ਜੋ ਕੇਂਦਰ ਸਰਕਾਰ ਹੈ ਕੇਂਦਰ ਦੇ ਵਿਚ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀਆਂ ਏਜੰਸੀਆਂ ਦੀ ਜਿਹੜੀ ਜਾਂਚ ਹੈ ਉਹ ਆਪਾਂ ਨੂੰ ਪਤਾ ਹੀ ਕਿਸ ਤਰੀਕੇ ਨਾਲ ਕਰਵਾਈ ਜਾਂਦੀ ਹੈ ਤੇ ਇਸ ਸਮੇਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਲੀਡਰ ਨੇ ਉਨ੍ਹਾਂ ਦੇ ਖਿਲਾਫ਼ ਹੁਣ ਸਖ਼ਤੀ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਹੋ ਸਕਦੇ ਨੇ ਜੋ ਜਾਂਚ ਹੋਊਗੀ ਜੀ। ਇਹ ਵੀ ਤੁਹਾਡੇ ਵਾਲੀ ਗੱਲ ਤਾਂ ਠੀਕ ਹੈ ਤੇ ਰਜਿੰਦਰ ਸਿੰਘ ਮਹਿਤਾ ਉਨ੍ਹਾਂ ਨੇ ਛੱਡਤਾ ਜੀ ਫਿਰ ਅਹੁਦਾ ਦੇਤਾ ਅਸਤੀਫ਼ਾ, ਅੱਜ ਉਨ੍ਹਾਂ ਨੇ ਅਸਤੀਫ਼ਾ ਦੇਤਾ। ਉਹਦਾ ਕਾਰਨ ਇਹ ਹੈ ਕਿ ਉਹ 2016 ਦੇ ਵਿਚ ਜੋ ਅੰਤਰਿਮ ਕਮੇਟੀ ਸੀਗੀ ਉਹਦੇ ਉਹ ਮੈਂਬਰ ਸੀਗੇ, ਜਿਵੇਂ ਤੁਹਾਨੂੰ ਪਤਾ ਹੈ ਕਿ ਪੰਨੂ ਸਾਹਿਬ ਪਹਿਲਾਂ ਇਹ ਗੱਲ ਦੱਸ ਕੇ ਗਏ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੇ ਇਸ ਸਬੰਧ ਵਿਚ ਧਾਰਮਿਕ ਸਜ਼ਾ ਲਗਾਈ ਹੈ ਤੇ ਸਜ਼ਾ ਲਗਾਉਣ ਦੇ ਸਮੇਂ ਇਹ ਗੱਲ ਕਹੀ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਸਮੇਂ ਪਛਤਾਤਾਪ ਨਹੀਂ ਕੀਤਾ ਜਿਹੜੇ 267 ਸਰੂਪ ਲਾਪਤਾ ਹੋਏ ਸੀਗੇ ਤੇ ਇਸ ਸਜ਼ਾ ਵਜੋਂ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮੌਜੂਦਾ ਅੰਤਰਿਮ ਕਮੇਟੀ ਤੇ ਉਸ ਸਮੇਂ 2016 ਦੀ ਅੰਤਰਿਮ ਕਮੇਟੀ ਹੈ ਉਸ ਦੇ ਜੋ ਮੈਂਬਰ ਨੇ ਹੁਣ 1 ਸਾਲ ਲਈ ਕਿਸੇ ਅਹੁਦੇ ਤੇ ਨਹੀਂ ਰਹਿ ਸਕਦੇ ਤੇ ਜੋ ਰਜਿੰਦਰ ਸਿੰਘ ਚਾਵਲਾ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੇ ਇਸ ਗੱਲ ਕਰਕੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਜਿਹੜੀ ਆਪਾਂ ਤਨਖਾਹ ਕਹਿ ਸਕਦੇ ਆ ਜਾਂ ਸਜ਼ਾ ਕਹਿ ਸਕਦੇ ਉਸ ਨੂੰ ਮੰਨਦੇ ਹੋਏ ਅਸਤੀਫ਼ਾ ਦੇ ਦਿੱਤਾ ਜੀ। ਤੇ ਬਹੁਤ ਧੰਨਵਾਦ ਬਾਈ ਜੀ ਤੁਸੀਂ ਜੁੜੇ ਖਬਰਸਰ ਦੀ ਸਾਂਝ ਪਾਈ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਦਰਸ਼ਨ ਸਿੰਘ ਦਰਸ਼ਕ ਹੋਰਾਂ ਦੇ ਨਾਲ ਦੋਸਤੋ ਆਪਾਂ ਗੱਲਬਾਤ ਕਰ ਰਹੇ ਸੀ, ਬ੍ਰੇਕ ਤੋਂ ਬਾਅਦ ਆਪਾਂ ਫੇਰ ਅਗਲੀ ਗੱਲ ਕਰਦੇ ਹਾਂ। ਤੁਸੀਂ ਕਿਵੇਂ ਭਜਾਏ ਹੋਏ ਹੂੰ?